ਦਾ ਅਨਮਿਊਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਤੇ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਵੱਲੋਂ ਬਹੁਤ-ਬਹੁਤ ਸਵਾਗਤ ਹੈ ਪ੍ਰੋਫੈਸਰ ਸਾਹਿਬ ਤੁਹਾਡਾ ਵੀ ਸਵਾਗਤ ਹੈ ਜੀ ਪ੍ਰੋਫੈਸਰ ਸਾਹਿਬ ਬੀਤੇ ਦਿਨੀ ਹਰਿਆਣਾ ਦੇ ਵਿੱਚ ਇੱਕ ਮਾਮਲਾ ਬੜਾ ਗਰਮਾਇਆ ਜਿਹੜਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ ਉਹ ਇਹ ਹੈ ਕਿ ਇੱਕ ਮਹਿਲਾ ਕੋਚ ਨੇ ਦੋਸ਼ ਲਾਏ ਸੀ ਉੱਥੋਂ ਦੇ ਕੈਬਨਿਟ ਮੰਤਰੀ ਸੰਦੀਪ ਸਿੰਘ ਖਿਲਾਫ ਸੋ ਸੰਦੀਪ ਸਿੰਘ ਕੈਬਨਿਟ ਦਾ ਹਿੱਸਾ ਤਾਂ ਹੈ ਹੀ ਉਹ ਮਿਨਿਸਟਰੀ ਉਹ ਤੋਂ ਲੈ ਲਈ ਗਈ ਹੈ ਉਹਨੇ ਆਪ ਹੀ ਕਹਿਤਾ ਕਿ ਮੁੱਖ ਮੰਤਰੀ ਮੇਰੀ ਮਿਨਿਸਟਰੀ ਦਾ ਕੰਮ ਦੇਖਣਗੇ ਜਿੰਨਾ ਚਿਰ ਮੈਂ ਇਹ ਜਾਂਚ ਚੱਲੇਗੀ ਸੋ ਜਾਂਚ ਪੂਰਾ ਸਹਿਯੋਗ ਦੇਵਾਂਗਾ ਪਹਿਲਾਂ ਵੀ ਜਿਹੜਾ ਖਾਪ ਪੰਚਾਇਤਾਂ ਦਾ ਇਕੱਠ ਹੋਇਆ ਸੀ ਸੰਦੀਪ ਸਿੰਘ ਦੇ ਖਿਲਾਫ ਤੇ ਅੱਜ ਫੇਰ ਸੁਣਿਆ ਇੱਕ ਇਕੱਠ ਰੱਖਿਆ ਹੋਇਆ ਹਰਿਆਣੇ ਦੇ ਲੋਕਾਂ ਨੇ ਦੇ ਖਿਲਾਫ ਕਿਉਂਕਿ ਨਾ ਹੀ ਉਹਨੂੰ ਮਿਨਿਸਟਰੀ ਤੋਂ ਹਟਾਇਆ ਗਿਆ ਹਾਂ ਇਹ ਜ਼ਰੂਰ ਹੈ ਕਿ ਇੱਕ ਦੋ ਮੀਟਿੰਗਾਂ ਹੋਈਆਂ ਨੇ ਉਸ ਮੀਟਿੰਗ ਚ ਮੈਂਬਰ ਹੋਣ ਦੇ باوجود ਇਹਨੂੰ ਕੈਪਟਨ ਇਹਨੂੰ ਸੰਦੀਪ ਸਿੰਘ ਨੂੰ ਸੱਦਿਆ ਨਹੀਂ ਗਿਆ ਇਹ ਠੀਕ ਹੈ ਗੱਲ ਤੇਜਿੰਦਰ ਜੀ ਕਿ ਥੋੜਾ ਜਿਹਾ ਤੇ ਉਹਨੂੰ ਸੇਖ ਲੱਗਾ ਪਰ ਥੋੜੇ ਜਿਹੇ ਦਾ ਕੀ ਮਤਲਬ ਆ ਤੁਸੀਂ ਜਰੂਰ ਰਿਪੋਰਟ ਪੜ੍ਹੀ ਹੋਣੀ ਆ ਹਰਿਆਣੇ ਦੇ ਵਿੱਚ ਇੱਕ ਹੋਰ ਪਲੇਅਰ ਪਿਛਲੇ 7-8 ਸਾਲ ਦਾ ਪੁਰਾਣਾ ਕੇਸ ਹੈਗਾ ਉਹ ਯੰਗ ਸੀਗੀ ਉਹਦੇ ਕੋਚ ਨੇ ਉਹਦੇ ਨਾਲ ਰਿਲੇਸ਼ਨ ਬਣਾ ਲੇ ਫਿਰ ਉਹ ਲੜਕੀ ਚੰਗੀ ਆਪਣੀ ਪਰਫਾਰਮੈਂਸ ਵੀ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਕਰਕੇ ਆਈ ਔਰ ਉਹ ਨੂੰ ਬਲੈਕਮੇਲ ਉਹਦੀਆਂ ਫੋਟੋਆਂ ਲੈ ਕੇ ਵੀਡੀਓ ਬਣਾ ਕੇ ਇਨਾ ਬਲੈਕਮੇਲ ਕੀਤਾ ਉਹ ਲੜਕੀ ਦਾ ਬਿਆਨ ਆ ਹੂੰ ਕਿ ਇਨਾ ਬਲੈਕਮੇਲ ਕੀਤਾ ਕਿ ਉਹ ਨੂੰ ਜਿਹੜਾ ਅਨਾਮ ਮਿਲਿਆ ਉਹਦੇ ਚੋਂ ਵੀ ਅੱਧਾ 43 ਲੱਖ ਰੁਪਏ ਆਪਣੇ ਅਕਾਊਂਟ ਚ ਉਸ ਬੰਦੇ ਨੇ ਜਮ੍ਹਾਂ ਕਰਾ ਲਿਆ ਇਹ ਹਰਿਆਣੇ ਦਾ ਬੇ ਬੇਟੀ ਬਚਾਓ ਬੇਟੀ ਪੜਾਓ ਇਹ ਹੋ ਰਿਹਾ ਆ ਖੱਟਰ ਸਾਹਿਬ ਕਿਆ ਕਰ ਕਿਆ ਰਿਹਾ ਹੈ ਕਿੱਥੇ ਸੌ ਕਿੱਥੇ ਗਏ ਮੈਨੂੰ ਤਾਂ ਇਹ ਗੱਲ ਨਹੀਂ ਸਮਝ ਆ ਰਹੀ ਹੈ ਕਿ ਦੇਖੋ ਆਰਐਸਐਸ ਦਾ ਇੱਕ ਆਪਾਂ ਜਾਣਦੇ ਆ ਇੱਕ ਸਲੀਕਾ ਆ ਇੱਕ ਸਭਿਆਚਾਰ ਆ ਬਹੁਤ ਸਾਰਾ ਆਰਐਸਐਸ ਦੀਆਂ ਬਹੁਤ ਨੈਗੇਟਿਵ ਸਾਈਡ ਵੀ ਹੋਣੀਆਂ ਪਰ ਕੁਝ ਸਮਾਜ ਸੇਵਾ ਦੀਆਂ ਵੀ ਸਾਈਡ ਹੈਗੀਆਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਰਾ ਜ਼ਹਿਰੀਲਾ ਹੀ ਜ਼ਹਿਰ ਭਰਿਆ ਕਿਤੇ ਮਾੜਾ ਮੋਟਾ ਚੰਗਾ ਕੰਮ ਵੀ ਤੇ ਸਾਨੂੰ ਦਿਖਦਾ ਸੀ ਬਹੁਤ ਸਾਰੇ ਉਹਨਾਂ ਦੇ ਸਮਾਜ ਸੇਵਾ ਦੇ ਕੰਮ ਵੀ ਦੇਖੇ ਆ ਹੁਣ ਇਹ ਮੈਨੂੰ ਨਹੀਂ ਪਤਾ ਖੱਟਰ ਸਾਹਿਬ ਕਿਹੜੇ ਮਹਿਕਮੇ 'ਚ ਸੀਗੇ ਆਰਐਸਐਸ ਦੇ ਪਰ ਜੋ ਲੋਕਾਂ ਨੂੰ ਲੱਗਦਾ ਜਾਂ ਲੋਕਾਂ ਨੂੰ ਉਮੀਦ ਸੀਗੀ ਕਿ ਘੱਟੋ ਘਾਟ ਇੰਨਾ ਮਹੀਨੇ ਹੋ ਗਏ ਆ ਉਹ ਮੇਰਾ ਖਰ ਡੇਢ ਦੋ ਮਹੀਨੇ ਹੋ ਗਏ ਹੁਣ ਤੇ ਰੌਲਾ ਪੈਂਦੇ ਆ 29 ਦਸੰਬਰ ਨੂੰ ਪਿਛਲੇ ਸਾਲ ਉਹ ਪਹਿਲੀ ਵਾਰੀ ਇਹ ਗੱਲ ਸਾਰੀ ਸਾਰਿਆਂ ਦੇ ਸਾਹਮਣੇ ਆਈ ਸੀਗੀ ਤਾਂ ਤੁਸੀਂ ਘੱਟੋ ਘਾਟ ਉਸ ਆਪਣੀ ਬੇਟੀ ਨੂੰ ਜਿਹਨੂੰ ਤੁਸੀਂ ਬੇਟੀ ਕਹਿੰਦੇ ਆ ਬੁਲਾਉਂਦੇ ਗੱਲ ਕਰਦੇ ਬੱਚੇ ਕੀ ਹੋਇਆ ਮੈਨੂੰ ਆਪ ਦਾ ਉਹਨੇ ਵੇਜ ਨੂੰ ਸਾਰੀ ਗੱਲ ਦੱਸੀ ਵੀ ਆ ਹੁਣ ਵਿਜਦੀ ਤੇ ਖੱਟਰ ਦੀ ਪਤਾ ਨਹੀਂ ਆਪਸ ਵਿੱਚ ਠੀਕ ਹੈ ਕਿ ਉਹਨੂੰ ਉਹ ਕਿਸ ਤਰੀਕੇ ਨਾਲ ਲੈਣਗੇ 네ਗੇਟਿਵਲੀ ਲੈਣਗੇ ਕਿ ਪੋਜ਼ਿਟਿਵਲੀ ਲੈਣਗੇ ਜਾਂ ਇਹੋ ਜੇ ਮਾਮਲੇ ਤੇ ਫਿਰ ਇਹ ਭਾਈ ਭਾਈ ਬਣ ਜਾਂਦੇ ਆ ਸਾਨੂੰ ਨਹੀਂ ਪਤਾ ਅਸੀਂ ਜੋ ਜਿਸ ਬਾਤ ਤੇ ਕਨਸਰਨ ਡਾ ਗਿਆ ਮੈਂ ਖੁਦ ਇੱਕ ਉੱਤੇ ਬਹੁਤ ਸਾਰੀਆਂ ਵੱਡੀਆਂ ਨੰਬਰ ਦੇ ਉੱਤੇ ਔਰਤਾਂ ਹੋਰ ਬੰਦੇ ਵੀ ਸਾਰੇ ਹਰਿਆਣੇ ਤੋਂ ਆਏ ਸੀ ਪੰਚਕੂਲੇ 'ਚ ਇੱਕ ਵੱਡਾ ਪ੍ਰੋਟੈਸਟ ਹੋਇਆ ਸੀਗਾ ਔਰ ਮੈਂ ਖੁਦ ਉੱਚੇ ਸ਼ਾਮਲ ਸੀਗਾ ਲੋਕਾਂ ਦੇ ਵਿੱਚ ਬੜਾ ਗੁੱਸਾ ਸੀਗਾ ਉਦੋਂ ਉਮੀਦ ਜਿਤਾਈ ਜਾ ਰਹੀ ਸੀ ਕਿ ਇਹਦੇ ਤੇ ਕੋਈ ਨਾ ਕੋਈ ਸਖਤ ਐਕਸ਼ਨ ਸੰਦੀਪ ਸਿੰਘ ਤੇ ਹੋਊਗਾ ਸਖਤ ਐਕਸ਼ਨ ਕੀ ਕਹਿੰਦੇ ਆ ਕਹਿੰਦੇ ਕਿ ਇਹਨੂੰ ਹਟਾਓ ਤੁਸੀਂ ਸਪੋਰਟਸ ਦਾ ਮਹਿਕਮਾ ਲੈ ਲਿਆ ਉਹਦੇ ਕੋਲੋਂ ਪਰ ਤੁਸੀਂ ਕਹ ਰਹੇ ਹੋ ਕਿ ਰਹੇ ਆ ਕਿ ਉਹਨੂੰ ਮਨਿਸਟਰ ਅਜੇ ਵੀ ਪੋਰਟਫੋਲੀਓ ਦਿੱਤਾ ਖਲਾ ਹਟਾਓ ਨਹੀਂ ਪ੍ਰੋਫੈਸਰ ਸਾਹਿਬ ਗੱਲ ਤਾਂ ਇਹ ਹੈ ਕਿ ਉਹਨੂੰ ਉੱਥੋਂ ਹਟਾਉਣਾ ਵੀ ਚਾਹੀਦਾ ਹੈ ਮਿਨਿਸਟਰੀ ਉਹਦੀ ਖੋਣੀ ਵੀ ਚਾਹੀਦੀ ਹੈ ਉਸ ਤੋਂ ਬਾਅਦ ਉੱਤੇ ਐਫ ਆਈ ਆਰ ਦਰਜ ਵੀ ਹੋਣੀ ਚਾਹੀਦੀ ਹੈ ਬਿਲਕੁਲ ਮੈਂ ਇਹੀ ਗੱਲ ਕਹਿ ਰਿਹਾ ਕਿ ਉਹਨਾਂ ਨੇ ਇਹ ਮੰਗ ਰੱਖੀ ਅੱਜ ਝੱਜੜ ਚ ਵੱਡਾ ਇਕੱਠ ਹੋ ਰਿਹਾ ਅੱਜ ਹੋਇਆ ਉਸ ਇਕੱਠ ਦੇ ਵਿੱਚ ਉਹਨਾਂ ਦੀ ਮੰਗ ਇਹ ਹੈ ਕਿ ਇਹਦੇ ਤੇ ਜੋ ਵੀ ਬੰਦੀਆਂ ਧਰਾਮਾਂ ਦੇ ਉੱਤੇ ਇਹਨੂੰ ਜਿਹੜੀਆਂ ਸਲਾਖਾਂ ਦੇ ਪਿੱਛੇ ਬੰਦ ਕੀਤਾ ਜਾਏ ਔਰ ਉਸ ਦਾ ਪੂਰਾ ਰਿਮਾਂਡ ਲੈ ਕੇ ਸਾਰੀ ਗੱਲ ਦੀ ਤਹਿਕੀਕਤ ਕੀਤੀ ਜਾਏ ਤਾਂ ਕਿ ਬਾਕੀ ਦੀਆਂ ਬੱਚੀਆਂ ਤੇ ਇਹੋ ਜੇ ਇਹਨਾਂ ਦੇ ਹਵਸ਼ ਤੋਂ ਬਚਣ ਜਾਏ ਇਹੋ ਜਿਹੀਆਂ ਇਹਨਾਂ ਦੀਆਂ ਆਤਾਂ ਤੋਂ ਬਚਣ ਜਿਹੋ ਜਿਹਾ ਵੀ ਇਹਨਾਂ ਦਾ ਆਤਨਾ ਹੈਗੀਆਂ ਜੋ ਰਿਪੋਰਟ ਬੜੀ ਡਿਟੇਲ ਗ੍ਰਾਫਿਕ ਖੁਦ ਉਸ ਬੱਚੀ ਨੇ ਵੀਡੀਓ ਪਾ ਕੇ ਆਪਣੇ ਆਪ ਨੂੰ ਨਸ਼ਰ ਕੀਤਾ ਇਹ ਛੋਟੀ ਗੱਲ ਆ ਇਹ ਬਹੁਤ ਵੱਡੀ ਗੱਲ ਆ ਤੇਜਿੰਦਰ ਜੀ ਕਿ ਇੱਕ ਇਸ ਰੁਤਬੇ ਦੀ ਬੱਚੀ ਜਿਹੜੀ ਖੁਦ ਪਲੇਅਰ ਹੈਗੀ ਹੈ ਔਰ ਉਹ ਖੁਦ ਹਰਿਆਣੇ ਸਰਕਾਰ ਦੇ ਵਿੱਚ ਵੀ ਹੈ ਕਿਉਂਕਿ ਉਹਨੂੰ ਕੋਚ ਦੇ ਤੌਰ ਤੇ ਰੱਖਿਆ ਹੋਇਆ ਤਾਂ ਉਹ ਖੁਦ ਅੱਗੇ ਆਪਣਾ ਕੈਰੀਅਰ ਬਣਾਉਣਾ ਚਾਹੁੰਦੀ ਆ ਔਰ ਇਹ ਬੰਦੇ ਆਪਣਾ ਵਿੱਚ ਕੁਝ ਹੋਰ ਹੀ ੱਟੀ-ਸੱਟੀ ਲਾਉਂਦੇ ਫਿਰਦੇ ਆ ਕਦੀ ਕੁਝ ਕਦੀ ਕੁਝ ਉਹ ਸਾਰੀ ਗੱਲ ਅਸੀਂ ਬਿਆਨ ਵੀ ਨਹੀਂ ਕਰ ਸਕਦੇ ਜਿਸ ਤਰੀਕਾ ਜਿਸ ਤਰੀਕੇ ਨਾਲ ਬਹਾਦਰੀ ਦੇ ਨਾਲ ਉਸ ਬੱਚੀ ਨੇ ਬਿਆਨ ਕੀਤਾ ਆ ਕਿ ਕੇ ਜਿਹੜੀਆਂ ਤੈਨੂੰ ਕੀ ਲੋੜ ਆ ਤੈਨੂੰ ਪ੍ਰੈਕਟਿਸ ਕਰਨ ਦੀ ਕੀ ਲੋੜ ਆ ਮੈਂ ਮੈਂ ਹੀ ਤੈਨੂੰ ਪਹੁੰਚਾਉਣਾ ਬਸ ਕਦੀ ਉਹਦੇ ਪੈਰੀਂ ਹੱਥ ਲਾਏ ਕਦੀ ਕੁਝ ਕਦੀ ਕੁਝ ਕਿਆ ਇਹ ਤਮਾਸ਼ਾ ਬਣਿਆ ਹੋਇਆ ਸਾਡਾ ਖਿਆਲ ਹੈ ਕਿ ਉਸ ਤੋਂ ਜਿਹੜੇ ਪਹਿਲੀ ਗੱਲ ਪਹਿਲਾ ਸਟੈਪ ਇਹ ਹੀ ਹੈ ਤੇਜਿੰਦਰ ਕਿ ਉਹਨੂੰ ਸਾਰੇ ਅਹੁਦਿਆਂ ਤੋਂ ਬਾਹਰ ਕੀਤਾ ਜਾਏ ਉਹਦੇ ਕੋਲ ਦੂਸਰਾ ਅਹੁਦਾ ਵੀ ਹੈਗਾ ਜਿਹੜੀ ਸਪੋਰਟਸ ਅਥਾਰਟੀ ਹੈ ਉਹਨਾਂ ਦੀ ਹਰਿਆਣੇ ਦੀ ਉਹਦਾ ਵੀ ਉਹ ਅਧਿਐਕਸ਼ ਹੈਗਾ ਉਹ ਉਹ ਅਹੁਦਾ ਵੀ ਵਾਪਸ ਨਹੀਂ ਲਿਆ ਕਿਉਂ ਹੈ ਜੀ ਹੋਰ ਕੁਝ ਬਚਿਆ ਹੋਇਆ ਇੱਕ ਗੱਲ ਮੈਂ ਸਾਫ਼-ਸਾਫ਼ ਕਹਿਣਾ ਕਿ ਜੇ ਐਸ ਬੱਚੀ ਨੂੰ ਇਨਸਾਫ਼ ਨਹੀਂ ਮਿਲਿਆ ਉਹ ਤਾਨੂੰ ਪਤਾ ਉਦੋਂ ਬਾਅਦ ਦੀ ਗੱਲ ਆ ਇਸ ਬੱਚੀ ਨੂੰ ਦੇਖ ਕੇ ਜੰਤਰ ਮੰਤਰ ਦੇ ਵਿੱਚ ਜਿਹੜੇ ਹੋਰ ਪਹਿਲਵਾਨ ਉੱਥੇ ਇਕੱਠੇ ਹੋਏ ਸ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਜਿਹੜੇ ਬਿਲਕੁਲ ਕਿਤੇ ਇੱਕ ਜਗ੍ਹਾ ਆ ਇਹ ਤੇ ਇੱਕ ਇੱਕ ਵੱਡੀ ਵਾਬਾ ਦੀ ਤੌਰ ਤੇ ਅੰਦਰ ਸਾਰੀ ਜਗ੍ਹਾ ਫੈਲੀ ਹੋਈ ਆ ਚਾਹੀਦਾ ਇਹ ਹੈ ਕਿ ਟੀਵੀ ਤੇ ਆਉਣ ਜਾਂ ਉਹ ਬੱਚੀ ਨੂੰ ਮਿਲਣ ਬੱਚੀ ਦੇ ਪਰਿਵਾਰ ਨੂੰ ਮਿਲਣ ਕੌਣ ਖੱਟੜ ਸਾਹਿਬ ਦੇ ਆ ਕੇ ਬਿਆਨ ਦੇਣ ਕਿ ਅਸੀਂ ਸਮੁੱਚੇ ਸਪੋਰਟਸ ਵਿਭਾਗ ਦੇ ਉੱਪਰੋਂ ਥੱਲੇ ਤੱਕ ਇਹਦੀ ਤਹਿਕੀਕਾਤ ਕਰਾਂਗੇ ਇਹਦੀ ਇਹਦੀ ਅਸੀਂ ਸੈਨੀਟਾਈਜੇਸ਼ਨ ਜੋ ਇੱਥੇ ਸਾਰਾ ਇੱਧਰ ਉੱਧਰ ਹੈਗਾ ਕਿ ਬਹੁਤ ਵੱਡੇ ਪੱਧਰ ਤੇ ਲੋੜ ਹੈ ਕਿ ਇਸ ਚੀਜ਼ ਨੂੰ ਰੀਆਰਗੇਨਾਈਜ਼ ਕੀਤਾ ਜਾਏ ਜਵਾਬਦੇਹੀ ਹੋਵੇ ਪਾਰਦਰਸ਼ਤਾ ਹੋਵੇ ਔਰ ਕੋਈ ਵੀ ਕਿਸੇ ਨੂੰ ਐਕਸਪਲੋਇਟ ਆਪਣੇ ਅਹੁਦੇ ਕਰਕੇ ਨਾ ਕਰ ਸਕੇ ਇਸ ਦੀ ਅਨਾਉਂਸਮੈਂਟ ਹੋਣੀ ਚਾਹੀਦੀ ਤੇ ਬਕਾਇਦਾ ਰਿਪੋਰਟ ਜਾਰੀ ਹੋਣੀ ਚਾਹੀਦੀ ਆ ਕਿ ਅਸੀਂ ਪਿਛਲੇ 3 ਮਹੀਨਿਆਂ ਚ ਆਹ ਰਿਪੋਰਟ ਜਾਰੀ ਕੀਤੀ ਆ ਆ ਬੰਦੇ ਅਸੀਂ ਇੱਥੇ-ਇੱਥੇ ਪਾਏਗੇ ਉਹ ਬੱਚੇ ਜਿਹੜੇ ਆ ਉਹ ਡਿਪੈਂਡੈਂਟ ਹੁੰਦੇ ਆ ਮਿਨਿਸਟਰ ਤੇ ਬਹੁਤ ਵੱਡੀ ਚੀਜ਼ ਆ ਆਪਣੇ ਕੋਚਾਂ ਦੇ ਵੀ ਡਿਪੈਂਡੈਂਟ ਹੁੰਦੇ ਉਹਨਾਂ ਨੇ ਰਿਕਮੈਂਡ ਕਰਨਾ ਕਿ ਕਿਹਦਾ ਕਿੱਥੇ ਜਾ ਸਕਦਾ ਕੌਣ ਨਹੀਂ ਜਾ ਸਕਦਾ ਕਿ ਇਹਨੂੰ ਅੱਗੇ ਕਰਨਾ ਕਿ ਇਹਨੂੰ ਪਿੱਛੇ ਕਰਨਾ ਬਹੁਤ ਕੁਝ ਹੁੰਦਾ ਤਾਂ ਉਸ ਫੀਅਰ ਤੋਂ ਉਸ ਖਦਸ਼ੀਆਂ ਤੋਂ ਮੁਕਤ ਕਰਕੇ ਅਲੱਗ-ਕੱਲੇ-ਕੱਲੇ ਬੱਚੇ ਨੂੰ ਕੋਈ ਐਹੋਜੀ ਟੀਮ ਹੋਵੇ ਜਿਹੜੀ ਔਰਤਾਂ ਦੀ ਟੀਮ ਹੋਵੇ ਖਾਸ ਕਰਕੇ ਔਰ ਉਹਦੇ ਸਾਹਮਣੇ ਉਹ ਖੁੱਲ ਕੇ ਗੱਲਾਂ ਆਪਣੀਆਂ ਰੱਖਣ ਉਹ ਆਡੀਓ ਵੀਡੀਓ ਜਾਰੀ ਹੋਵੇ ਬਕਾਇਦਾ ਦੇਖੋ ਇਹ ਸਾਡਾ ਹੀ ਫਰਜ਼ ਬਣਦਾ ਸਰਕਾਰਾਂ ਦਾ ਫਰਜ਼ ਬਣਦਾ ਕਿ ਹਰਿਆਣਾ ਦੀ ਜਿੱਥੇ ਅਸੀਂ ਵਧਾਈ ਦਿੰਨੇ ਆ ਤੇ ਜਿੰਦਰ ਉਹਨਾਂ ਨੂੰ ਕਿ ਉਹਨਾਂ ਨੇ ਬਹੁਤ ਚੰਗੇ ਪਲੇਅਰ ਪੈਦਾ ਕੀਤੇ ਆ ਉਹਦੇ ਤੇ ਫਿਲਮਾਂ ਵੀ ਬਣੀਆਂ ਤੁਸੀਂ ਉਹਨਾਂ ਦੇ ਦੇਖੋ ਉਹਨਾਂ ਦੀਆਂ ਪਲੇਅਰਾਂ ਦੇ ਉੱਤੇ ਪੰਜਾਬ ਅਸੀਂ ਬਹੁਤ ਪਿੱਛੇ ਆ ਉਹ ਆਪਣੇ ਆਪ ਨੂੰ ਛੋਟਾ ਭਰਾ ਕਹਿੰਦੇ ਆ سپورٹس ਦੇ ਵਿੱਚ ਹਰਿਆਣਾ ਸਾਡਾ ਵੱਡਾ ਭਰਾ ਆ ਸਾਨੂੰ ਇਹ ਮਾਣ ਮਹਿਸੂਸ ਹੁੰਦਾ ਪਰ ਜੇ ਉਹ ਅੱਜ ਇੰਨੀ ਆਪਣੀ ਮਿਹਨਤ ਕਰ ਰਹੇ ਉਥੇ ਇਹਦੇ ਬੱਚੇ ਤੇ ਬੱਚੀਆਂ ਤੇ ਫਿਰ ਉਹਨਾਂ ਨੂੰ ਜੰਤਰ ਮੰਤਰ ਬੈਠਣਾ ਜਾਂ ਆਪਣੀਆਂ ਰਿਪੋਰਟਾਂ ਦੇਣੀਆਂ ਜਿਹੜੀ ਮੈਂ ਇੱਕ ਹੋਰ ਬੱਚੀ ਦੀ ਵੀ ਦੱਸੀ ਆ ਕਿ ਉਹਨੂੰ ਬਲੈਕਮਿਲ ਕੀਤਾ ਜਾ ਰਿਹਾ ਉਹਨੇ ਐਫ ਆਈ ਆਰ ਦਰਜ ਕੀਤੀ ਉਹਦਾ ਸ਼ਾਦੀ ਵੀ ਹੋ ਗਈ ਉਸ ਬੱਚੀ ਦੀ ਫਿਰ ਵੀ ਉਹਨੂੰ ਬਲੈਕਮਿਲ ਕੀਤਾ ਜਾ ਰਿਹਾ ਤਾਂ ਜਾ ਕੇ ਉਹਨੇ ਆਪਣਾ ਆਪਣਾ ਮੂੰਹ ਖੋਲ੍ਹਿਆ ਆ ਤੇ ਐਸ ਬੱਚੀ ਦਾ ਵੀ ਜਿੱਥੇ ਸੰਦੀਪ ਸਿੰਘ ਦੇ ਉੱਤੇ ਜਿਹੜਾ ਗੱਲ ਚੱਲ ਰਹੀ ਆ ਉਸ ਨੂੰ ਛੇਤੀ ਨਪਟਾਰਾ ਹੋਣਾ ਚਾਹੀਦਾ ਕੇਸ ਦਰਜ ਹੋਣਾ ਚਾਹੀਦਾ ਜਿਹੜੀਆਂ ਧਰਾਵਾਂ ਬਣਦੀਆਂ ਜੋ ਸਟੇਟਮੈਂਟ ਉਸ ਬੱਚੀ ਨੇ ਦਿੱਤੀ ਉਹ ਅਨਾਫਿਆ ਔਰ ਜਿਹੜਾ ਪਿੱਛੇ ਮਿਸ਼ਰਾ ਰਿਪੋਰਟ ਬਣੀ ਸੀਗੀ ਉਹਨਾਂ ਨੇ ਇਸ ਪੂਰੀ ਰਿਪੋਰਟ ਦੇ ਵਿੱਚ ਉਹਦੋਂ ਬਹੁਤ ਸਾਰੇ ਨਵੇਂ ਅਧਿਕਾਰ ਔਰਤਾਂ ਨੂੰ ਇੱਕ ਸਿੰਪਲ ਜਾ ਕੇ ਔਰਤ ਕਹਿੰਦੇ ਕਿ ਮੇਰੇ ਨਾਲ ਐਸਐਸ ਤਰੀਕੇ ਨਾਲ ਰੇਪ ਕੀਤਾ ਜਾਂ ਰੇਪ ਦੀ ਕੋਸ਼ਿਸ਼ ਕੀਤੀ ਗਈ ਆ ਅਨਾ ਕੋਈ ਪ੍ਰੂਫ ਨਹੀਂ ਚਾਹੀਦਾ ਔਰ ਉਸੇ ਤੇ ਤੁਸੀਂ ਐਫਆਈਆਰ ਦਰਜ ਕਰ ਨਹੀਂ ਸਕਦੇ ਤੁਹਾਨੂੰ ਕਰਨੀ ਪਊ ਇਸ ਲਈ ਜਦੋਂ ਇੰਨੇ ਵੱਡੇ ਅਧਿਕਾਰ ਕਾਨੂੰਨਨ ਤੌਰ ਤੇ ਦਿੱਤੇ ਹੋਏ ਆ ਔਰਤਾਂ ਨੂੰ ਤਾਂ ਉਸ ਦਾ ਵਰਤੋਂ ਕਦੋਂ ਕਰਨੀ ਆ ਖੱਟੜ ਸਾਹਿਬ ਨੂੰ ਅਸੀਂ ਬਿਲਕੁਲ ਪਰਜੋਰ ਅਪੀਲ ਕਰਦੇ ਆ ਨਹੀਂ ਤੇ ਮੇਰਾ ਖਿਆਲ ਹੈ ਕਿ ਜਿਸ ਤਰੀਕੇ ਨਾਲ ਇੱਥੇ ਜਗ੍ਹਾ ਜਗ੍ਹਾ ਤੇ ਧਰਨੇ ਪੰਜਾਬ ਚ ਲੱਗੇ ਆ ਆ ਭਾਵੇਂ ਕੌਮੀ ਸਾਫ ਮੋਰਚਾ ਭਾਵੇਂ ਉੱਥੇ ਉੱਥੇ ਬਰਗਾੜੀ ਵਾਲਾ ਮੋਰਚਾ ਹੋਰ ਕਿਸਾਨ ਜਗ੍ਹਾ ਜਗ੍ਹਾ ਕਰਦੇ ਰਹਿੰਦੇ ਆ ਇਸ ਗੱਲ ਦਾ ਹੱਲਾ ਬੋਲ ਅਸੀਂ ਆਪ ਹਰਿਆਣੇ ਵਾਲਿਆਂ ਦੇ ਹੱਕ ਦੇ ਵਿੱਚ ਪੰਜਾਬ ਵਾਲੇ ਖੜਨਗੇ ਕਿ ਹਾਂ ਇਹ ਇਨਸਾਫ ਬਹੁਤ देर ਕੀਤੀ ਜਾ ਰਹੀ ਆ ਵੇਲੇ ਸਿਰ ਉਸ ਬੱਚੀ ਨੂੰ ਜ਼ਰੂਰ ਮਿਲਣਾ ਚਾਹੀਦਾ ਨਹੀਂ ਤੇ ਇਹਦਾ ਇੱਕੋ ਰਿਜ਼ਲਟ ਨਿਕਲੂਗਾ ਕੋਈ ਆਉਣ ਵਾਲੀ ਜਿਹੜੀ ਪੀੜਤ ਬੱਚੀ ਹੈ ਸੈਕਸ਼ੂਅਲੀ ਹਰਾਸਟ ਹੈ ਜਾਂ ਜਿਹਨੂੰ ਉਹਦਾ ਕਿਸੇ ਵੀ ਕਿਸਮ ਦਾ ਉਹਨੂੰ ਗਲਤ ਢੰਗ ਦੇ ਨਾਲ ਦੁਰਵਰਤੋਂ ਕਿਸੇ ਵੀ ਆਪਣੇ ਅਧਿਕਾਰਾਂ ਦੀ ਕੋਈ ਵੀ ਅਫਸਰ ਕਰ ਰਿਹਾ ਉਹ ਕਦੀ ਵੀ ਬੰਦ ਨਹੀਂ ਹੋਊਗਾ ਜੇ ਅੱਜ ਇਸ ਨੂੰ ਨਕਾ ਨਾ ਪਾਇਆ ਗਿਆ ਬਿਲਕੁਲ ਉਧਰ ਸਾਧੂ ਸਿੰਘ ਧਰਮਸੋਤ ਜਿਹਨੂੰ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਵਿਜੀਲੈਂਸ ਨੇ ਤੇ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹਾਲਾਂਕਿ ਵਿਜੀਲੈਂਸ ਵੱਲੋਂ ਹੋਰ ਰਿਮਾਂਡ ਦੀ ਮੰਗ ਕੀਤੀ ਗਈ ਸੀ ਪਰ ਹੁਣ ਅਗਲੀ ਸੁਣਵਾਈ ਇਸ ਮਾਮਲੇ ਤੇ 24 ਫਰਵਰੀ ਨੂੰ ਹੋਣੀ ਹੈ ਬੇਸ਼ੱਕ ਰਿਮਾਂਡ ਜਿੰਨੇ ਮਰਜ਼ੀ ਲੈ ਲੈਣ ਜੇਲ੍ਹ ਚ ਭੇਜ ਦੇਣ ਕੁਝ ਭੇਜ ਦੇਣ ਪਰ ਮੈਨੂੰ ਲੱਗਦਾ ਤੇ ਨਹੀਂ ਵੀ ਕੁਝ ਜਿਹੜਾ ਉਹਨੇ ਜੇ ਆਮਦਨ ਸਰੋਤਾਂ ਤੋਂ ਵੱਧ ਜਾਇਦਾਦ ਬਣਾਈ ਹੈ ਜਾਂ ਮੰਤਰੀ ਹੁੰਦੇ ਆ ਮੰਤਰੀ ਪਦ ਦੀ ਦਰਵਰਤੋਂ ਕਰਕੇ ਜਿਹੜਾ ਕਪਲੇ ਕੀਤੇ ਆ ਭ੍ਰਿਸ਼ਟਾਚਾਰ ਕੀਤਾ ਹੈ ਪੈਸੇ ਇਕੱਠੇ ਕੀਤੇ ਆ ਵੀ ਉਹਦੀ ਕੋਈ ਰਿਕਵਰੀ ਹੋਏਗੀ ਇਹ ਤਾਂ ਨਹੀਂ ਮੈਨੂੰ ਲੱਗਦਾ ਜੇਲ੍ਹ ਭਾਵੇਂ ਇੱਕ ਵਾਰੀ ਪਹਿਲਾਂ ਜਾ ਆਇਆ ਇੱਕ ਵਾਰੀ ਫੇਰ ਚਲਾ ਗਿਆ ਨਹੀਂ ਜੇ ਤੋ ਖਾਣ ਲੱਗਦਾ ਬੰਦਾ ਉਹਨੂੰ ਇਹ ਤੇ ਸੋਚ ਲੈਣਾ ਚਾਹੀਦਾ ਮੈਂ ਕਿੰਨਾ ਕ ਖਾਵਾ ਜੇ ਜ਼ਿਆਦਾ ਖਾਂਦਾ ਤੇ ਉਹ RAMDEV ਕੋਹਾਜਮੋਲਾ ਪਹਿਲਾਂ ਆਪਣੀ ਜੇਬ ਚ ਰੱਖੇ ਹੁਣੋ ਕਾਇ ਇਨਾ ਸਾਲਿਆ ਤੈਨੂੰ ਪਤਾ ਕਈ ਵਾਰੀ ਜਿਹੜਾ ਪਾਈਥਨ ਹੁੰਦਾ ਵੱਡਾ ਸੱਪ ਜਿਹਨੂੰ ਸਰਾਲ ਕਹਿੰਦੇ ਆ ਉਹ ਬੱਕਰਾ ਖਾ ਜਾਂਦਾ ਪਰ ਖਾ ਤੇ ਜਾਂਦਾ ਕਿਸੇ ਤਰੀਕੇ ਨਾਲ ਫਿਰ ਲਿਆ ਨਹੀਂ ਜਾਂਦਾ ਦੋ ਦੋ ਮਹੀਨੇ ਨਹਿਰਾਂ ਦੇ ਕੰਡਿਆਂ ਤੇ ਪਿਆ ਰਹਿ ਜਾਂਦਾ ਕਿਉਂਕਿ ਚੱਲਿਆ ਹੀ ਨਹੀਂ ਜਾਂਦਾ ਇਹ ਹਾਲਤ ਇਹ ਸਾਡੇ ਸਾਧੂਆਂ ਦੀ ਹੋਈ ਹੈ ਹੁਣ ਇਹ ਸਾਧੂ ਸਿੰਘ ਦੇਖੋ ਅਸੀਂ ਇਹ ਇਹ ਪੈਸਾ ਕਿੱਥੇ ਲਿਜਾਣਾ ਸਾਧੂ ਸਿੰਘ ਨੂੰ ਮਿੰਤੀ ਇਹ ਨਹੀਂ ਸਮਝ ਆਉਂਦੀ ਪੀ ਤੁਸੀਂ ਸਾਧੂਆਂ ਵਾਲੇ ਕੰਮ ਕਰੋ ਤੁਹਾਡੇ ਬਾਪੂ ਨੇ ਕਿੰਨਾ ਸੋਣਾ ਤੁਹਾਡਾ ਨਾਂ ਰੱਖਿਆ ਤੁਸੀਂ ਚੰਗਾ ਕਰੋ ਚੰਗਾ ਤੁਹਾਡਾ ਵਿਹਾਰ ਹੋਏ ਚੰਗਾ ਤੁਹਾਡਾ ਆਚਾਰ ਹੋਏ ਚੰਗਾ ਤੁਹਾਡਾ ਲੋਕਾਂ ਦੇ ਵਿੱਚ ਬੋਲ ਬਾਣੀ ਹੋਏ ਤੁਸੀਂ ਸ਼ੁਭ ਕੰਮ ਕਰੋ ਚੰਗੇ ਲੋਕ ਸੇਵਾ ਦੇ ਕੰਮ ਕਰੋ ਤੇ ਲੋਕਾਂ ਦਾ ਪਿਆਰ ਵੀ ਲਓ ਇੱਜ਼ਤ ਵੀ ਲਓ ਪੈਸੇ ਨਾ ਇਕੱਠੇ ਕਰੋ 24 ਘੰਟੇ ਐਨ ਆਪਣਾ ਖੋਲ ਕੇ ਚੱਲ ਕੇ ਚੱਲੋ ਕਿ ਦੇਖੋ ਜੀ ਆ ਅਸੀਂ ਨੰਗੇ ਤੁਹਾਡ ਚੱਲ ਰਹੇ ਆ ਸਾਧੂ ਅਸੀਂ ਹੈਗੇ ਆ ਹੈ ਤੇ ਜੇ ਕੋਈ ਤੁਹਾਨੂੰ 4 ਪੈਸੇ ਮੇਰੀ ਜੇਬ ਚ ਵੱਧ ਲੱਗਦੇ ਤੇ ਲੈ ਜਾਓ ਬਾਕੀ ਹੈ ਹੀ ਨਹੀਂ ਕੁਝ ਕਾਦੀ ਇਨਕੁਆਇਰੀ ਕਰ ਲੈਣਗੇ ਇਹ ਸੀ ਸਾਧੂ ਹਾਲਾ ਕੰਮ ਜੇ ਤੁਸੀਂ ਕੋਠੀਆਂ ਤੇ ਹੋਰ ਤੇ ਬੈਂਕ ਅਕਾਊਂਟ ਤੇ ਫਾਰੈਸਟ ਵੀ ਖਾ ਲੈਣਾ ਤੇ ਗਰੀਬਾਂ ਦੇ ਸਕਾਲਰਸ਼ਿਪ ਵੀ ਖਾ ਲੈਣੇ ਆ ਤੇ ਪਲਾਟ ਖਰੀਦ ਲੈ ਕੀ ਕਰ ਕਾਦੀ ਲਈ ਕਰ ਰੇ ਮੈਨੂੰ ਸਮਝ ਨਹੀਂ ਆਉਂਦੀ ਕਾਦੀ ਇਸ ਹਲਤ ਨੇ ਤੇ ਬਣਾਉਣਗੇ ਰਾਜੇ ਬਣ ਕੇ ਹੁਣ ਮਹਾਰਾਜਾ ਪਟਿਆਲਾ ਨਹੀਂ ਬਣ ਸਕਦੇ ਉਹ ਗਏ ਵੇਲੇ ਖਰੀਦ-ਖਰੀਦ ਕੇ ਕਿਆ ਸੀ ਐਡੇ ਵੱਡੇ ਨਹੀਂ ਚਲੋ ਕੈਪਟਨ ਮਨਿੰਦਰ ਸਿੰਘ ਨਾਲ ਨੇੜਤਾ ਬਹੁਤ ਸੀ ਸਾਧੂ ਸਿੰਘ ਧਰਮਸੋਤ ਦੀ ਕੈਪਟਨ ਮਨਿੰਦਰ ਸਿੰਘ ਦੇ ਮਹਿਲ ਚ ਜਾ ਕੇ ਉਹਨੂੰ ਲੱਗਦਾ ਤੇ ਹੋਣਾ ਵੀ ਇਹ ਰਾਈਡਰ ਨਹੀਂ ਘਟੋ ਘੜਾ ਇਹੋ ਜਿਹਾ ਤੇ ਹੋਣਾ ਚਾਹੀਦਾ ਦੇਖੋ ਮੇਰਾ ਡਰੈਗ ਰੂਮ ਵੀ ਇਦਾਂ ਦਾ ਹੋਣਾ ਚਾਹੀਦਾ ਪੌੜੀਆਂ ਵੀ ਇੰਜ ਘੁੰਮ ਕੇ ਜੜਨੀਆਂ ਚਾਹੀਦੀਆਂ ਸਹੀ ਮੈਨੂੰ ਨਾ ਮੈਨੂੰ ਕੋਈ ਸਾਧੂ ਸਿੰਘ ਧਰਮਸੋਤ ਨਾਲ ਨਿੱਜੀ ਨਹੀਂ ਹੈ ਪਰ ਜਿਹੜਾ ਮੈਂ ਦੁੱਖ ਹੈ ਉਹ ਜ਼ਰੂਰ ਕਹਿਣਾ ਤੁਸੀਂ ਆਪ ਸੋਚ ਕੇ ਦੇਖੋ ਕਿ ਸਾਡੇ ਦੇਸ਼ ਦੇ ਵਿੱਚ ਦਲਿਤ ਸਮੁਦਾਇ ਕਿੰਨਾ ਪੀੜਤ ਆ ਖਾਸ ਕਰਕੇ ਬੱਚੀਆਂ ਹੂੰ ਉਹ ਜਿਸ ਤਰੀਕੇ ਨਾਲ ਆ ਬੱਚੀਆਂ ਦੀ ਅਸੀਂ ਹੁਣੇ ਸੰਦੀਪ ਸਿੰਘ ਵਾਲੀ ਗੱਲ ਕਰਕੇ ਹਟੇ ਉਹਨਾਂ ਦੀ ਕੋਈ ਇਹਦੇ ਨਾਲ ਕੋਈ ਚੰਗੀ ਹਾਲਾਤ ਨਹੀਂ ਹੈ ਹੂੰ ਉਹ ਖੇਤਾਂ 'ਚ ਜਦੋਂ ਜਾਂਦੀਆਂ ਦੂਜਿਆਂ ਦੇ ਖੇਤਾਂ 'ਚ ਪੈਰ ਰੱਖਦੀਆਂ ਤੇ ਸੋਚ ਕੇ ਜਾਂਦੀਆਂ ਕਿ ਸਾਡੇ ਨਾਲ ਕਿਤੇ ਵੀ ਕੁਝ ਵੀ ਕਿਸੇ ਕਿਸਮ ਦਾ ਦੁਰਵਿਹਾਰ ਹੋ ਸਕਦਾ ਤੇ ਇਹ ਟ੍ਰੈਡੀਸ਼ਨਲੀ ਹੁੰਦਾ ਵੀ ਰਿਹਾ ਇਹੋ ਜੀ ਕੋਈ ਗੱਲ ਨਹੀਂ ਹੈ ਇਸ ਲਈ ਜਦੋਂ ਉਹਨਾਂ ਲੋਕਾਂ ਨੂੰ ਮਾੜਾ ਮੋਟਾ ਜਿਹਾ ਸੰਵਿਧਾਨਿਕ ਤੌਰ ਤੇ ਕੋਈ ਹੱਕ ਮਿਲ ਗਏ ਆ ਚਾਰ ਪੈਸੇ ਸਕਾਲਰਸ਼ਿਪ ਦੇ ਉਹ ਆਪਣੇ ਜੀਵਨ ਨੂੰ ਸੁਧਾਰਨਾ ਚਾਹੁੰਦੇ ਆ ਉਹ ਵੀ ਇੱਕ ਆਮ ਸ਼ਹਿਰੀ ਵਰਗਾ ਜੀਵਨ ਜੀਣਾ ਚਾਹੁੰਦੇ ਆ ਬੱਚੇ ਉਹ ਤੇ ਤੁਸੀਂ ਉਹਨੂੰ ਵੀ ਕੁੰਡੀ ਲਾ ਕੇ ਪੈਸੇ ਇਕੱਠੇ ਕਰਕੇ ਬੈਠ ਗਏ ਇਹ ਕਿੱਡੀ ਪਾਪ ਦੀ ਗੱਲ ਐ ਇਹਦੇ ਨਾਲ ਵੱਡਾ ਘੋਰ ਅਨਿਆਏ ਹੋ ਸਕਦਾ ਤੁਸੀਂ ਜੇ ਤੁਹਾਡੇ ਕੋਲ ਦਮਖੰਮ ਹੈਗਾ ਤੇ ਅਡਾਨੀ ਦੇ ਪੈਸੇ ਕਢੋ ਤਾਂ ਉਹਦੇ ਦੂਜੇ ਦੇ ਅਮਬਾਨੀ ਦੇ ਕੱਟੋ ਹੋਰ ਕਿਸੇ ਦੇ ਹੋਰ ਕਿਸੇ ਪੋਲੀਟੀਸ਼ੀਅਨ ਦੇ ਕੱਟੋ ਉਹ ਕਹਿੰਦਾ ਵੀ ਤੁਹਾਨੂੰ ਵਜੀਫੇ ਦੀ ਲੋੜ ਨਹੀਂ ਮੈਨੂੰ ਵਜੀਫੇ ਦੀ ਲੋੜ ਹੈ ਇਸ ਕਰਕੇ ਮੈਨੂੰ ਪਹਿਲਾਂ ਵਜੀਫਾ ਬਹੁਤਾ ਮਿਲਿਆ ਨਹੀਂ ਕਿਉਂਕਿ ਮੈਂ ਸਕੂਲ ਬਹੁਤਾ ਗਿਆ ਨਹੀਂ ਇਸ ਕਰਕੇ ਉਹ ਕਹਿੰਦਾ ਮੈਂ ਇਹ ਵੀ ਫੀਲਿੰਗ ਲੈ ਲਾਂ ਮੈਂ ਵਜੀਫੇ ਦੀ ਫੀਲਿੰਗ ਕੀ ਹੁੰਦੀ ਹੈ ਇੱਕ ਦੀ ਜਗ੍ਹਾ ਦੋ ਵਜੀਫਾ ਖਾ ਲਿਆ ਵਜੀਫੇ ਇੱਕ ਦੀ ਜਗ੍ਹਾ ਦੋ ਲੈ ਲੇ ਪਰ ਵਜੀਫੇ ਲਏ ਨਾ ਇਹ ਤੇ ਸਾਰਾ ਮਾਲ ਹੀ ਲੁੱਟ ਲਿਆ ਉਹ ਕਹਿੰਦਾ ਹੁਣ ਜਿੰਨੀ ਪਿਛਲੀ ਕਸਰ ਆਇਆ ਇੱਕ ਵਾਰੀ ਸਾਰੇ ਬੱਚਿਆਂ ਦੇ ਵਜੀਫੇ ਖਾ ਲੈਣਾ ਬੱਚੇ ਭੁੱਲ ਜਾਣ ਵੀ ਐਤ ਕੀ ਸਰਕਾਰ ਨੇ ਦਿੱਤਾ ਹੀ ਕੁਛ ਨਹੀਂ ਹੁਣ ਇਹ ਆ ਕਿ 14 ਦਿਨ ਦੀ ਉਹਨੂੰ ਰਿਮਾਂਡ ਮਿਲ ਗਿਆ 14 ਦਿਨਾਂੰਦਰ ਖੱਟੂਗਾ ਔਖਾ ਸੌਖਾ ਇੱਕ ਕੇਸ ਕੇਸ ਪਹਿਲਾ ਫਿਰ ਇਹਦੀ ਜਮਾਨਤ ਦਾ ਰੋਲਾ ਪਈ ਜਾਊਗਾ ਦੋ ਤਿੰਨ ਮਹੀਨੇ ਨੰਗਣ ਇੱਕ ਕੇਸ ਉਹਨਾਂ ਨੇ ਹੋਰ ਤਿਆਰ ਕੀਤਾ ਜਿਹੜਾ ਮੈਂ ਗੱਲ ਕਹਿ ਰਿਹਾ ਅਸਲ 'ਚ ਮੇਰੇ ਮੁਤਾਬਕ ਆ ਦੋ ਤੇ ਕੇਸ ਹੈ ਹੀ ਹੈ ਜਿਹੜੇ ਤੇ ਬਾਅਦ 'ਚ ਲੱਬੇ ਆ ਉਹ ਪਹਿਲੇ ਕੇਸ ਦੀ ਹਰ ਹਾਲਤ ਉਦੋਂ ਹੀ ਇਨਕੁਆਇਰੀ ਹੋਣੀ ਚਾਹੀਦੀ ਸੀ ਜਿਹੜੀ ਕਿ ਮੇਰਾ ਮੇਰਾ ਖਿਆਲ ਸਭ ਤੋਂ ਵੱਧ ਮੈਂ ਗਲਾ ਬਿਠਾਇਆ ਹੋਣਾ ਇਸ ਕਰਕੇ ਨਹੀਂ ਕਿ ਕੋਈ ਧਰਮ ਸੋਤਿਆ ਜਾਂ ਮੇਰੀ ਉਹ ਨਿਜੀ ਮੈਂ ਕਦੀ ਵੀ ਨਹੀਂ ਮਿਲਿਆ ਨਾ ਮੈਂ ਕਦੀ ਮਿਲਣਾ ਨਾ ਮੇਰਾ ਕੋਈ ਲੈਣਾ ਦੇਣਾ ਉਹਦੇ ਨਾਲ ਮੈਨੂੰ ਤੇ ਇਸ ਗੱਲ ਦਾ ਦੁੱਖ ਹੈਗਾ ਕਿ ਇਹ ਗਰੀਬ ਦਾ ਪੈਸਾ ਇਹ ਖੁਦ ਉਸੇ ਬੈਕਗ੍ਰਾਉਂਡ ਚੋਂ ਹੈਗਾ ਕੋਈ ਬਹੁਤ ਵੱਡੀ ਅਮੀਰ ਸ਼ਾਜਾਦੇ ਦੀ ਬੈਕਗ੍ਰਾਉਂਡ ਚੋਂ ਨਹੀਂ ਕਿ ਤੁਹਾਡੇ ਦਿਲ ਦੇ ਵਿੱਚ ਇੰਨਾ ਵੀ ਦਇਆ ਤੇ ਤਰਸ ਨਹੀਂ ਆਇਆ ਤੁਸੀਂ ਕਿਹਨੂੰ ਹੱਥ ਬਾ ਲਿਆ ਗਰੀਬਾਂ ਦੀ ਜੇਬ ਕਟੋਗੇ ਜੋ ਵੀ ਸਿੱਖ ਇੱਥੇ ਜਿੱਥੇ ਸਿੱਖ ਸਟੇਟ ਹੈਗੀ ਆ ਜਿੱਥੇ ਸਾਡਾ ਪੰਜਾਬੀ ਸੱਭਿਆਚਾਰ ਕਿਸੇ ਨੂੰ ਦੀਣ ਦੇ ਵਿੱਚ ਆ ਨਾ ਕਿ ਕਿਸੇ ਨੂੰ ਖੋਣ ਚ ਤਾਂ ਇਹ ਜਿਹੜਾ ਪਾਪ ਸੀਗਾ ਉਹ ਉਦੋਂ ਧੋਣਾ ਚਾਹੀਦਾ ਸੀਗਾ ਕੈਪਟਨ ਅਮਰਿੰਦਰ ਸਿੰਘ ਨੂੰ ਉਹਨੇ ਐਨ ਆਪਣੇ ਗਲੇ ਲਾ ਕੇ ਗੋਦੀ ਚ ਬਿਠਾ ਕੇ ਰੱਖਿਆ ਹੁਣ ਕਰੇ ਹੁਣ ਕਿੱਧਰ ਗਏ ਕਿੱਧਰ ਗਏ ਬੇੜੀਆਂ ਜਿੱਧਰ ਗਈਆਂ ਬੇੜੀਆਂ ਉਧਰ ਗਏ ਮਲਾ ਹੁਣ ਕਿੱਥੋਂ ਲੱਭਣਾ ਉਹ ਤੇ ਜਾ ਕੇ ਉਦੋਂ ਹੀ ਚਲੇ ਜਾਂਦਾ ਨਾਲ ਹੀ ਮੈਨੂੰ ਲੱਗਦਾ ਕਿ ਕੈਪਟਨ ਦੀ ਵੀ ਗਲਤੀ ਹੈ ਕਿਉਂ ਨਹੀਂ ਸੈਂਤ ਨਹੀਂ ਮਾਰੀ ਵੀ ਗੱਡੀ ਚੱਲੀ ਆ ਜਾ ਚਲੀਏ ਤੇ ਬੰਦਾਗੇ ਥੋੜਾ ਬਚਿਆ ਬੁਚਿਆ ਰਹਿਦਾ ਸ਼ਾਇਦ ਬਚਿਆ ਰਹਿਦਾ ਕਿਉਂਕਿ ਉੱਥੇ ਵੀ ਤੇ ਕਾਫੀ ਉੱਪਰ ਪਰਦੇ ਪਾਉਣ ਵਾਲੇ ਜਿਵੇਂ ਖੱਟਰੜ ਹੋਣੀ ਹੋਣ ਉਹ ਕੁੜੀ ਦੇ ਕੇਸ ਦੇ ਉੱਤੇ ਸੰਦੀਪ ਸਿੰਘ ਤੇ ਪਰਦੇ ਪਾ ਰਿਹਾ ਤੇ ਇਹਦੇ ਤੇ ਵੀ ਪਰਦੇ ਪਾਣਦੇ ਬਿਲਕੁਲ ਸਿਆਸਤ ਦੇ ਵਿੱਚ ਜਦੋਂ ਕੋਈ ਆਪਣੀ ਝੋਲੀ ਜ ਆ ਜਾਂਦਾ ਤਾਂ ਸਾਰੇ ਐਬ ਟਕੇ ਜਾਂਦੇ ਨੇ ਪਰਦੇ ਪਾਉਂਦੇ ਨੇ ਜਿਹੜੀ ਸੱਤਾਧਰ ਪਾਰਟੀ ਹੋਵੇ ਜਿਹੜੀ ਪਾਵਰ 'ਚ ਹੋਵੇ ਉਹ ਪੰਜਾਬ ਚਾਹੇ ਸਟੇਟ 'ਚ ਹੋਵੇ ਤੇ ਚਾਹੇ ਸੈਂਟਰ 'ਚ ਹੋਵੇ ਅ ਅੱਛਾ ਜਿਹੜਾ ਇਨਸਾਫ ਮੋਰਚਾ ਲੱਗਿਆ ਮੋਹਾਲੀ ਕੌਮੀ ਇਨਸਾਫ ਮੋਰਚਾ ਉਹਦੇ ਚ ਪਹਿਲਾਂ ਤਾਂ ਚੰਡੀਗੜ੍ਹ ਪੁਲਿਸ ਸੀ ਤੇ ਅੱਜ ਪੰਜਾਬ ਪੁਲਿਸ ਨੇ ਵੀ ਬੈਰੀਕੇਟਿੰਗ ਕਰ ਦਿੱਤੀ ਐ ਸੋ ਚੰਡੀਗੜ੍ਹ 'ਚ ਦਾਖਲ ਹੋਣਾ ਹੋਰ ਵੀ ਔਖਾ ਹੋ ਗਿਆ ਦੇਖੋ ਇਹ ਹੈ ਫਤੇਪੁਰਜੀ ਕੇ ਮੈਨੂੰ ਲੱਗਦਾ ਇਸ ਦਾ ਕੋਈ ਤੇ ਕਿਸੇ ਕਿਸਮ ਦਾ ਇੱਕ ਨਾ ਤਜਵੀਜ਼ ਸੁਦਾ ਪਲਾਨਡ ਸਾਡਾ ਪਹਿਲਾ ਐਕਸ਼ਨ ਕੀ ਉਦੋਂ ਬਾਅਦ ਕੀ ਉਦੋਂ ਬਾਅਦ ਕੀ ਇੰਜ ਹੋਣਾ ਪਊ ਕਰਨਾ ਪਊ ਇਹ ਚੱਲੇ ਤੇ ਇਨਸਾਫ ਮੋਰਚੇ ਵਾਂਗੂ ਚੱਲੋ ਇੱਕ ਤਰਨੇ ਵਾਂਗੂ ਚੱਲੇ ਸੀ ਫਿਰ ਤਰਨੇ ਤੋਂ ਬਾਅਦ ਇਹ ਐਕਸ਼ਨ ਆ ਗਿਆ ਕਿ ਐਸੀ ਕਰਾਓ ਕਰਨਾ ਹੁਣ ਵੀ ਮੈਨੂੰ ਲੱਗਦਾ ਜਿੰਨੀ ਕ ਲੋਕਾਂ ਦਾ ਸਮਰਥਨ ਹੈ ਜਿੰਨੀ ਕਿਨਾਂ ਦੀ ਸ਼ਕਤੀ ਹੈ ਉਹਦੇ ਚ ਤੈਅ ਸੁਦਾ ਇੱਕ ਵੈਲ ਆਰਗੇਨਾਈਜ਼ਡ ਵੈਲ ਪਲਾਨਡ ਇੱਕ ਹੋਣਾ ਚਾਹੀਦਾ ਨਹੀਂ ਤੇ ਕੀ ਹੋਊਗਾ ਕਿ ਜਿਸ ਤਰੀਕੇ ਨਾਲ ਸੀ ਤੁਹਾਨੂੰ ਪਤਾ ਚੱਬੇ ਕਿਡਾ ਵੱਡਾ ਕੱਟ ਸੀ ਕੋਈ ਉਹਨੂੰ 5 ਲੱਖ ਦਾ ਕਹਿੰਦਾ ਸੀ ਕੋਈ ਉਹਨੂੰ 10 ਲੱਖ ਦਾ ਕਹਿੰਦਾ ਸੀਗਾ ਜਦੋਂ ਬੇਅਦਬੀ ਹੋਈ ਉਹ ਬਹੁਤ ਵੱਡਾ ਕੱਟ ਸੀ ਐ ਬੰਦੇ ਇਹਨਾਂ ਚੋਂ ਵੱਡੀ ਗਿਣਤੀ ਚ ਉਹ ਹੀ ਸੀਗੇ ਉਦੋਂ ਮੇ ਇਨਸਾਫ ਲੈਣ ਕਿੱਥੇ ਹੋਇਆ ਕੀ ਹੋਇਆ ਕੋਈ ਉਹ ਸੈਕਸ਼ਨ ਚ ਏਡੀ ਵੱਡੀ ਲੋਕਾਂ ਦੀ ਮੋਬਿਲਾਈਜੇਸ਼ਨ એનર્ਜੀ ਚ ਕੋ ਬਹੁਤਾ ਨਹੀਂ ਨਿਕਲਿਆ ਉਦੋਂ ਪਹਿਲਾਂ ਵੀ ਆਪਾਂ ਪਰ ਗਾੜੀ ਦੇ ਵਿੱਚ ਧਿਆਨ ਮੰਡ ਹੁਣਾ ਨੇ ਲਾਇਆ ਹੋਇਆ ਸੀ ਜਸੇਧਰ ਧਿਆਨ ਸਿੰਘ ਮੰਡ ਤੇ ਕਈ ਸੀ ਉਹਦੇ ਚ ਉਦੋਂ ਕੁਝ ਜਸੇਧਾਰ ਸ਼ਾਮਲ ਵੀ ਨਹੀਂ ਹੋਏ ਸਨ ਬਿਲਕੁਲ ਤੇ ਉਹ ਫਿਰ ਕੈਪਟਨ ਨੂੰ ਵੇਲੇ ਪਤਾ ਨਹੀਂ ਕੀ ਗੱਲਬਾਤ ਦਾ ਸਮਝੌਤਾ ਹੋਇਆ ਕੀ ਆਪਸ ਵਿੱਚ ਗੱਲਬਾਤ ਹੋਈ ਚਲੋ ਜੀ ਹੋ ਗਿਆ ਇਨਤਹਾਪ ਹੋਇਆ ਪਤਾ ਨਹੀਂ ਹੋਇਆ ਕਿ ਹੁਣ ਫਿਰ ਲਾਇਆ ਮੇਰਾ ਖਿਆਲ بار بار ਜੇ ਅਸੀਂ ਇਹ ਮੋਰਚਾ ਲਾਵਾਂਗੇ ਚੁੱਕ ਲਾਂਗੇ ਮੋਰਚਾ ਲਾਵਾਂਗੇ ਚੁੱਕ ਲਾਂਗੇ ਤਾਂ ਉਹਦੇ ਚੋ ਲੋਕ ਸਰਕਾਰਾਂ ਨੂੰ ਵੀ ਅੰਜ ਲੱਗਣ ਲੱਗਦਾ ਵੀ ਇਹ ਤੇ ਐਵੇਂ ਆਪਣਾ ਥੋੜਾ ਜਿਹਾ ਰੌਲਾ ਰੱਪਾ ਪਾਉਂਦੇ ਆ ਨਾਰੇ ਲਾਉਂਦੇ ਆ ਤੇ ਕੀਰਤਨ ਕਰਦੇ ਆ ਫਿਰ ਚਲੇ ਜਾਂਦੇ ਆ ਵੀ ਇਹ ਇੱਕ ਟੈਂਪਰੇਰੀ ਜਿਹਾ ਫੈਨੋਮਨਾ ਹੈਗਾ ਕਿਸਾਨਾਂ ਮੰਗ ਜਾਂਦਾ ਕਿ ਡਟਦੇ ਨਹੀਂ ਹੈਗੇ ਲੰਬੀ ਰੇਸ ਦੇ ਘੋੜੇ ਵਾਂਗੂ ਇੱਕ ਪੂਰਾ ਦਮਦਾਰ ਟੰਗ ਦੇ ਨਾਲ ਨਹੀਂ ਆਉਂਦੇ ਤਿਆਰੀ ਕਰਕੇ ਨਹੀਂ ਆਉਂਦੇ ਤਾਂ ਕੋਈ ਵੀ ਮੇਰਾ ਖਿਆਲ ਉਸ ਪੱਧਰ ਤੇ ਸੁਣ ਲਈ ਤਿਆਰ ਨਹੀਂ ਹੋਊਗਾ ਇੰਨਾ ਦੀ ਲੜਾਈ ਸਿਰਫ ਪੰਜਾਬ ਸਰਕਾਰ ਨਾਲ ਥੋੜੀ ਏ ਪੰਜਾਬ ਇਹ ਤੇ ਪੰਜਾਬ ਦੇ ਰਾਹੀਂ ਕੇਂਦਰ ਨਾਲ ਵੱਡੀ ਪੱਧਰ ਤੇ ਲੜਾਈ ਆ ਕਿਉਂਕਿ ਬਹੁਤੇ ਜਿਹੜੇ ਰੁਕਾਵਟਾਂ ਪਾਈਆਂ ਆ ਉਹ ਤੇ ਐਸ ਪਾਰਟੀ ਦੀ ਦਿੱਲੀ ਦੀ ਸਰਕਾਰ ਨੇ ਤੁਹਾਨੂੰ ਪਤਾ ਪ੍ਰੋਫੈਸਰ ਭੁੱਲੜ ਦਾ ਤਿੰਨ ਵਾਰੀ ਕੋਸ਼ਿਸ਼ਾਂ ਹੋਈਆਂ ਕੇਂਦਰ ਨੇ ਵੀ ਕਹਿਤਾ ਕਿ ਤੁਸੀਂ ਇਹਦੀ ਰਿਹਾਈ ਜਿਹੜੀ ਰੀਵਿਊ ਕਮੇਟੀ ਜਿੱਤੇ ਕੋਲ ਭੇਜਤੀ ਸੀਗੀ ਉਹਦੇ ਚ ਇਹ ਹੀ ਸਤਿੰਦਰ ਜੈਨ ਜਿਹੜਾ ਚੇਅਰਮੈਨ ਸੀ ਉਸ ਕਮੇਟੀ ਦਾ ਅੱਠੋਂ ਦੇ ਮੈਂਬਰ ਤੇ ਉਹ 2021 ਦੇ ਵਿੱਚ ਦੋ ਵਾਰੀ ਰੀਵਿਊ ਹੋਈ 22 ਦੇ ਵਿੱਚ ਇੱਕ ਵਾਰੀ ਰੀਵਿਊ ਨਹੀਂ ਨਹੀਂ ਕਲੀਅਰ ਕੀਤੇ ਪੇਪਰ ਇਹ ਕजरीवाल ਨੂੰ ਕਿਉਂ ਨਹੀਂ ਪੁੱਛਦਾ ਭਗਵੰਤ ਮਾਨ ਪੁੱਛਣਾ ਚਾਹੀਦਾ ਇਸ ਲਈ ਕੁਛ ਨਾ ਕੁਛ ਦਿੱਲੀ ਸਰਕਾਰ ਕੇਂਦਰ ਸਰਕਾਰ ਵੱਲ ਵੀ ਉਹਨਾਂ ਨੂੰ ਤੱਤਾ ਸਿੱਖ ਕੇਵੇਂ ਲੱਗੇ ਤਾਂ ਕਿ ਜਿਹੜੇ ਜੋ ਇਹ ਕਹਿ ਰਹੇ ਆ ਕਿ ਐਸੀ ਸਾਡੀਆਂ ਮੰਗਾਂ ਤਿੰਨ ਚਾਰ ਜਿਹੜੀਆਂ ਮੁੱਖ ਮੰਗਾਂ ਆ ਉਹਦੇ ਤੇ ਕੁਝ ਜੇ ਇਹਨਾਂ ਨੇ ਪਾਰੀ ਪੈਣਾ ਆ ਔਰ ਸਰਕਾਰ ਨੂੰ ਕੋਲੋਂ ਉਹਦੇ ਤੋਂ ਰਾਹਤ ਲੈਣੀ ਆ ਕੁਦਰਤੀ ਹੋ ਰਸਤਾ ਬੜਾ ਸਾਫ ਸਾਫ ਹੋਣਾ ਚਾਹੀਦਾ ਬਿਲਕੁਲ ਇੱਕ ਹੋਰ ਚਿੰਤਾ ਵਾਲੀ ਖਬਰ ਹੈਗੀ ਹੈ ਉਹ ਹੈਗੀ ਪੰਜਾਬ ਦਾ ਜਿਹੜਾ ਧਰਤੀ ਹੇਠਲਾ ਪਾਣੀ ਹੈ ਉਹ ਖਤਮ ਹੁੰਦਾ ਜਾ ਰਿਹਾ ਔਰ ਪੰਜਾਬ ਸਭ ਤੋਂ ਵੱਧ ਜਿਹੜਾ ਪਾਣੀ ਹੈ ਉਹਦੀ ਵਰਤੋਂ ਕਰ ਰਿਹਾ ਇੱਕ ਕੇਂਦਰੀ ਗਰਾਉਂਡ ਜਿਹੜੀ ਵਾਟਰ ਬੋਰਡ ਦੀ ਤਾਜ਼ਾ ਰਿਪੋਰਟ ਹੈ ਉਹਦੇ ਜੇ ਖਲਾਸਾ ਹੋਇਆ ਹੈ ਕਿ ਜਿਹੜਾ ਧਰਤੀ ਹੇਠਲਾ ਪਾਣੀ ਹੈ ਜਿਹੜਾ ਪੰਜਾਬ ਸਾਲਾਨਾ ਮਤਲਬ ਕੱਢ ਸਕਦਾ ਹੱਦ ਦਾ 18 0.94 ਮਤਲਬ ਬਿਲੀਅਨ ਕਯੂਬਿਕ ਮੀਟਰ ਹੈ ਤੇ ਜੇ ਪੰਜਾਬ ਸਾਲਾਨਾ ਮਤਲਬ 17.07 ਬਿਲੀਅਨ ਕਯੂਬਿਕ ਮੀਟਰ ਪਾਣੀ ਧਰਤੀ ਇਥੋਂ ਕੱਢਦਾ ਤਾਂ ਸੂਬੇ ਦਾ ਜਿਹੜਾ ਹੇਠਲਾ ਪਾਣੀ ਹੈ ਜਿਹੜਾ ਉਹ ਸੁਰੱਖਿਤ ਜ਼ੋਨ ਚ रह ਸਕਦਾ ਪਰ ਪੰਜਾਬ ਹੁਣ ਕੱਢ ਰਿਹਾ ਜੀ 28.2 ਬਿਲੀਅਨ ਕਯੂਬਿਕ ਜਿਹੜਾ ਮੀਟਰ ਪਾਣੀ ਹੈ ਧਰਤੀ ਇਹੋਂ ਕੱਢ ਰਿਹਾ ਹੈ ਔਰ ਬਾਕੀ ਜਿਹੜੇ ਸੂਬੇ ਨੇ ਪੰਜਾਬ ਦੇ ਨਾਲ ਲੱਗਦੇ ਉਹ ਕੱਟ ਕੱਢ ਰਹੇ ਨੇ हरियाणा ਕੱਢ ਰਿਹਾ 8 ਬਿਲੀਅਨ ਦੀ ਥਾਂ ਤੇ 11.54 ਤੇ ਇਸੇ ਤਰ੍ਹਾਂ ਹੀ ਰਾਜਸਥਾਨ ਕੱਢ ਰਿਹਾ 10.96 ਦੀ ਥਾਂ ਤੇ 16.52 ਬਿਲੀਅਨ ਕਿਊਸਿਕ ਮੀਟਰ ਪਾਣੀ ਦੀ ਜਿਹੜੀ ਵਰਤੋਂ ਆ ਉਹ ਕਰ ਰਿਹਾ ਪਰ ਇਸ ਵੇਲੇ ਜਿਹੜਾ ਸਭ ਤੋਂ ਜ਼ਿਆਦਾ ਉਹ ਪੰਜਾਬ ਕਰ ਰਿਹਾ ਇਹ ਆਪਾਂ ਅਕਸਰ ਪਹਿਲਾਂ ਵੀ ਚਰਚਾ ਕੀਤੀ ਹੈ ਕਿ ਤਿੰਨ ਸਤਿਆਂ ਚ ਪਾਣੀ ਦੀ ਧਰਤੀ ਹੀਟਲਾ ਦੋਸਤਾਂ ਦਾ ਖਤਮ ਹੋ ਗਿਆ ਇਹ ਆਖਰੀ ਤੈ ਹੈ ਵਿਗਿਆਨੀ ਖੋਜ ਕਰ ਚੁੱਕੇ ਨੇ ਕਿ ਇਦੂ ਹੇਠਾ ਪਾਣੀ ਹੈ ਨਹੀਂ 12 ਤੋਂ 15 ਸਾਲ ਤੱਕ ਦਾ ਕੁੱਲ ਪਾਣੀ ਪੰਜਾਬ ਦੇ ਹੇਠਾਂ ਪੀਣ ਯੋਗ ਬਚਿਆ ਪੰਜਾਬ ਹੇਠਾਂ ਵੀ ਹਰਿਆਣੇ ਦੇ ਥੱਲੇ ਵੀ ਮੁੜ ਕੇ ਤਾਂ ਫਿਰ ਇੱਥੇ ਜ਼ਮੀਨ ਬੰਜਰ ਹੋ ਜਾਣੀ ਹੈ ਤੇ ਹਿਜਰਤ ਕਰਨੀ ਪੈਣੀ ਹੈ ਸੋ ਇਹ ਹੁਣ ਰਿਪੋਰਟ ਹੈ ਜਿਹੜੀ ਸਮੇਂ-ਸਮੇਂ ਤੇ ਜੋ ਸਰਕਾਰਾਂ ਨੇ ਜਾਂ ਜਿਹੜੀਆਂ ਆ ਆਜ਼ਾਦ ਏਜੰਸੀਆਂ ਨੇ ਜਾਂ ਕੇ ਇਸ ਮਾਮਲੇ ਨਾਲ ਸੰਬੰਧਤ ਵਾਟਰ ਮਾਮਲੇ ਨਾਲ ਪਾਣੀ ਮਾਮਲੇ ਨਾਲ ਸੰਬੰਧਤ ਚਾਹੇ ਸਰਕਾਰੀ ਨੇ ਤੇ ਚਾਹੇ ਜਿਹੜੇ ਵਾਤਾਵਰਣ ਪ੍ਰੇਮੀ ਨੇ ਉਹ ਵੀ ਆਪਣੇ ਤੌਰ ਤੇ ਲੱਗੇ ਹੋਏ ਨੇ ਹਲੂਨਾ ਦਿੰਦੇ ਨੇ ਕਿ ਪੰਜਾਬੀਓ ਜਾਂ ਕੱਲੇ ਪੰਜਾਬ ਦੀ ਗੱਲ ਨਹੀਂ ਹਰਿਆਣੇ ਵਾਲਿਆਂ ਨੂੰ ਵੀ ਕਿ ਤੁਸੀਂ ਬਾਜ ਚ ਜਾਓ ਮਤਲਬ ਝੋਨਾ ਨਾ ਬੀਜੋ ਹੀਟਲਾ ਪਾਣੀ ਜਿਹੜਾ ਘਟ ਵਰਤੋ 15 ਲੱਖ ਤੋਂ ਉੱਤੇ ਤੇ ਟਿਊਬਵਲ ਹੋ ਗਏ ਨੇ ਸੋ ਇਹਦਾ ਹੱਲ ਕੀ ਹੋਏਗਾ ਪ੍ਰੋਫੈਸਰ ਸਾਹਿਬ ਤੁਹਾਨੂੰ ਕੀ ਲੱਗਦਾ ਅਸੀਂ ਨਾ ਸਿਰਵਿਆਂ ਦੇ ਰਾਹ ਪਏ ਹੋਏ ਆਂ ਹੂੰ ਚੱਲੇਦੇ ਸੀ ਕਿ ਇਸ ਗੱਲ ਨੂੰ ਜਿੱਦਣ 2-300 ਸਾਲ ਪਹਿਲਾਂ ਲਾਈਟਨਮੈਂਟ ਮੂਵਮੈਂਟ ਵੱਡੇ ਪੱਧਰ ਤੇ ਇੰਡਸਟਰੀਅਲ ਰੈਵੋਲੂਸ਼ਨ ਆ ਲਾਸਟ ਕੁਆਟਰ ਦੇ 18th ਸੈਂਚਰੀ 18ਵੀਂ ਸਦੀ ਦੇ ਲਾਸਟ 2-3 ਦਹਾਕੇ ਸ਼ੁਰੂ ਹੋਇਆ ਇੰਗਲੈਂਡ ਤੋਂ ਯੂਰਪ ਤੋਂ ਹੋਇਆ ਇੱਥੇ ਆਇਆ ਸਾਰਾ ਕੁਝ ਅਸੀਂ ਦੇਖਿਆ ਇਹ ਇਨ੍ਹਾਂ ਗੱਲਾਂ ਬਾਰੇ ਦੇਖੋ ਬੜੀ ਹੈਰਾਨੀ ਦੀ ਗੱਲ ਆ ਕਿ ਜਿਹੜੇ ਬੰਦੇ ਸਾਇੰਸ ਨਹੀਂ ਸੀ ਪੜੇ ਲਿਟਰੇਚਰ ਤੇ ਅਧਿਆਤਮਵਾਦੀ ਸੀਗੇ ਤੇ ਪਰ ਨੇਚਰ ਨੂੰ ਸਮਝਦੇ ਸੀ ਲਿਟਰੇਚਰ ਦੇ ਨਾਲ ਨੇਚਰ ਤੋਂ ਦੇ ਕੁਦਰਤ ਨੂੰ ਸਮਝਦੇ ਸੀ ਕੁਦਰਤ ਦੇ ਅੰਗ ਸੰਗ ਲੱਗ ਕੇ ਚੱਲਦੇ ਸੀ ਸਾਧੂ ਸੰਤ ਮਹਾਦਮਾ ਫਕੀਰ ਇਹ ਸਾਰੇ ਸਾਡੇ ਸਾਡੇ ਗ੍ਰੰਥ ਸਾਹਿਬ ਕੀ ਲਿਖਿਆ ਪੰਮਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਕਿਉਂ ਲਿਖਿਆ ਕਿੱਥੋਂ ਆਈ ਆਈ ਇਹ ਇਹ ਜੀਵਨ ਹੈਗਾ ਹਵਾ ਤੋਂ ਬਗੈਰ ਜੀਵਨ ਨਹੀਂ ਧਰਤੀ ਤੋਂ ਬਗੈਰ ਜੀਵਨ ਨਹੀਂ ਤੇ ਪਾਣੀ ਤੋਂ ਬਗੈਰ ਜੀਵਨ ਨਹੀਂ ਇਹ ਵੀ ਕਹਿ ਦੇਣਾ ਚਾਹੀਦਾ ਲਾਈਟ ਤੋਂ ਬਗੈਰ ਵੀ ਜੀਵਨ ਨਹੀਂ ਹੋ ਸਕਦਾ ਇਹ ਚੀਜ਼ਾਂ ਜਿਹੜੀਆਂ ਕਿਉਂਕਿ ਲਾਈਟ ਦੇ ਨਾਲ ਤਪਸ਼ ਵੀ ਆਉਂਦੀ ਹੈ ਉਹ ਤੋਂ ਬਗੈਰ ਵੀ ਜੀਵਨ ਨਹੀਂ ਹੈਗਾ ਇਹ ਜਿਹੜੀ ਹੈ ਜੀਵਨ ਹੈਗਾ ਸਾਡਾ ਇਸ ਧਰਤੀ ਦੇ ਪਲੈਨਟ ਦੇ ਉੱਤੇ ਅਸੀਂ ਇਸ ਧਰਤੀ ਨੂੰ ਨਹੀਂ ਛੱਡਿਆ ਅਸੀਂ ਪਾਣੀ ਨੂੰ ਨਹੀਂ ਛੱਡਿਆ ਅਸੀਂ ਹਵਾ ਨੂੰ ਨਹੀਂ ਛੱਡਿਆ ਤੇ ਜਿਹੜੀ ਉੱਤੋਂ ਸਾਡੀ ਸ਼ੀਲਡ ਹੈ ਜਿਹੜੀ ਓਜ਼ੋਨ ਲੇਅਰ ਉਹਦੇ ਉਹ ਸਾਡੀਆਂ ਜਿਹੜੀਆਂ ਜਿਹੜੀਆਂ ਹਾਰਮਫੁਲ ਕਿਰਨਾ ਆਉਂਦੀਆਂ ਆ ਜਿਹੜੀਆਂ ਕੈਂਸਰ ਹੋਰ ਕਈ ਕੁਝ ਭੇਡਾਂ ਨੂੰ ਅੰਨਿਆ ਲਾਟਿਨ ਅਮਰੀਕਾ ਚ ਨੋਟ ਕੀਤਾ ਗਿਆ ਕਰਤਾ ਉਹ ਆਉਂਦੀਆਂ ਉਹ ਸ਼ੀਲਡ ਵੀ ਅਸੀਂ ਕਮਜ਼ੋਰ ਕਰਤੀ ਉਹ ਕਈ ਵਾਰੀ ਹਾਰਮਫੁਲ ਬਹੁਤ ਹੀ ਨੁਕਸਾਨਦੇ ਸਰੀਰ ਲਈ ਇਥੋਂ ਦੇ ਵਾਤਾਵਰਣ ਲਈ ਕਿਰਨਾ ਸੂਰਜ ਦੀਆਂ ਥੱਲੇ ਤੇ ਆ ਸਕਦੇ ਜਿਵੇਂ ਐਕਸ-ਰੇ ਹੁੰਦੀਆਂ ਜਿਹੜੀਆਂ ਹਾਰਮਫੁਲ ਹੁੰਦੀਆਂ ਇਸ ਕਿਸਮ ਦੀਆਂ ਕੈਂਡ ਦਾ ਮਤਲਬ ਮੇਰਾ ਇਹ ਹੈ ਕਿ ਜਦ ਤੱਕ ਅਸੀਂ ਓਵਰਆਲ ਪਾਲਿਸੀ ਆਪਣੀ ਠੀਕ ਨਹੀਂ ਕਰਦੇ ਸਮੁੱਚਾਈ ਸੋਚਣ ਦਾ ਤਰੀਕਾ ਠੀਕ ਨਹੀਂ ਕਰਦੇ ਉਦੋਂ ਤੱਕ ਇਸ ਇੱਕ ਪ੍ਰੋਬਲਮ ਨੂੰ ਠੀਕ ਕਰੋਗੇ ਦੂਜੀ ਆ ਜਾਊਗੀ ਦੂਜੀ ਨੂੰ ਠੀਕ ਕਰੋਗੇ ਤੀਜੀ ਆ ਜਾਊਗੀ ਪਹਿਲੀ ਗੱਲ ਤੇ ਹੈ ਭਾਵੇਂ ਬੋਧਿਆ ਭਾਵੇਂ ਮਹਾਤਮਾ ਗਾਂਧੀ ਆ ਭਾਵੇਂ ਮਹਾਤਮਾ ਬੋਧਿਆ ਤੇ ਭਾਵੇਂ ਹੋਰ ਸੰਤ ਸਾਧੂ ਫਕੀਰ ਆ ਉਹਨਾਂ ਦਾ ਇਹ ਮੰਨਣਾ ਕਿ ਇਹ ਜਿਹੜੀ ਧਰਤੀ ਹੈਗੀ ਇਹ ਸਾਨੂੰ ਜੀਣ ਲਈ ਅਨਪ ਹਰ ਚੀਜ਼ ਸਾਨੂੰ ਦਿੰਦੀ ਹੈ ਪਰ ਜੇ ਤੁਸੀਂ ਲਾਲਚ ਕਹੋ ਗਰੀਡ ਫਿਰ ਨਹੀਂ ਇਹ ਦੇ ਸਕਦੀ ਹੈ ਉਹਨੇ ਅਡਾਨੀ ਨੇ ਇੰਨਾ ਪੈਸਾ ਮੈਨੂੰ ਦੱਸੋ ਕੀ ਕਰਨਾ ਪਹਿਲਾਂ ਇਹ ਦੱਸ ਉਹਨੇ ਦੇਸ਼ ਦਾ ਠੇਕਾ ਲਿਆ ਆ ਉਹ ਦੇਸ਼ ਦਾ ਰਾਜਾ ਹੈ ਕਿ ਉਹਨੂੰ ਚਿੰਤਾ ਹੋਈ ਹੈ ਕਿ ਮੈਂ ਹਰ ਇੱਕ ਜਗ੍ਹਾ ਦੇਸ਼ ਦਾ ਵਿਕਾਸ ਕਰਨਾ ਤੇ ਮੋਦੀ ਨੂੰ ਇੰਨਾ ਕਾਦੀ ਚਿੰਤਾ ਆ ਕਿ ਮੈਂ ਅਡਾਨੀ ਤਾ ਮੰਬਾਨੀ ਨੂੰ ਮੇਰੀ ਇੱਕ ਦਾਇਆ ਦਾਇਆ ਹੱਥ ਦੇ ਇੱਕ ਬਾਇਆ ਹੱਥ ਮੈਂ ਤੇ ਇਹਦੇ ਬਿਗੈਰ ਚੱਲ ਹੀ ਨਹੀਂ ਸਕਦਾ ਫਿਰ ਇੰਨੀ ਵੱਡੀ ਪਾਰਟੀ ਚਲਾਉਣੀ ਆ ਉਹਦੇ ਲਈ ਵਿੱਤੀ ਸਾਧਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਸਾਰੇ ਦੇਸ਼ ਨੂੰ ਲਾਹੇ ਇਕੱਲੇ ਨੂੰ ਕੀ ਲੱਦਦੇ ਵੇ ਕੱਲਾ ਆ ਤੇ ਉੱਪਰ ਬਾਦੀ ਵੀ ਕਰੂਗਾ ਉਹ ਤੇ ਕਿਸਮ ਦਾ ਬੰਬ ਬਣਿਆ ਵੀ ਅੱਜ ਦੇਖ ਲੋ ਅੱਜ ਫੇਰ ਕੋਈ ਉਹ ਸ਼ੇਅਰ ਉੱਥੇ ਰੀਂਗ ਰੀਂਗ ਕਰ ਰੀਂਗ ਰੀਂਗ ਕੇ ਕਦੀ ਤਾਂ ਛੱਡਦਾ ਮੜ ਜਾਂ ਫੇਰ ਡਿੱਗ ਪੈਂਦਾ ਫੇਰ ਮੜ ਜਾਂ ਚੜਦਾ ਫੇਰ ਡਿੱਗ ਪੈਂਦਾ ਔਰ ਰਿਪੋਰਟਾਂ ਜਿਹੜੀਆਂ ਆ ਹੋਰ 네ਗਟਿਵ ਗਲੋਬਲੀ ਇਹਦੇ ਬਾਰੇ ਡਾਊਟ ਦੀ ਆਉਣ ਲੱਗ ਪਈਆਂ ਅੱਜੇ ਮੈਨੂੰ ਲੱਗਦਾ ਕਿ ਜਿੰਨਾ ਸ਼ੇਅਰ ਟੋਟਲ ਇਹਦਾ ਸੀਗਾ 4000 ਤੋਂ ਉੱਪਰ ਉੱਪਰ ਦਾ ਸ਼ੇਅਰ ਸੀ ਜਿਹੜਾ ਹੁਣ ਉਹ 1800 ਦੇ 1900 1800 ਇੱਥੇ ਤੁਰਿਆ ਫਿਰਦਾ ਇਹ ਉਹ 25% ਤੇ ਰਹਿ ਜਾਣਾ ਕਿਸੇ ਦਿਨ 1500 ਤੇ ਆ ਕੇ 1500 ਕੀ 1200 ਤੇ 1250 ਤੇ ਆ ਕੇ ਟਿਕੂਗਾ ਜਿੱਥੇ ਟਿਕਿਆ ਤਾਂ ਇਹਦਾ ਮਤਲਬ ਇੰਨੀ ਹਵਾ ਪਰ ਹੀ ਹੋਈ ਸੀ ਤੁਸੀਂ ਜਿਹੜੀ ਮੈਂ ਇਹ ਨਹੀਂਗਾ ਮੈਂ ਅਡਾਨੀ ਤੇ ਕੋਈ ਵਿਸ਼ਾ ਨਹੀਂ ਲੈਣਾ ਚਾਹੁੰਦਾ ਮੈਂ ਇਹ ਲੈਣਾ ਚਾਹੁੰਦਾ ਇਹ ਲੋਬਿਆ ਇਹ ਲਾਲੇਤਿਆ ਇਹ ਦੁਨੀਆ ਦੇ ਵਿੱਚ ਸਾਡੀ ਹੋਂਮ ਹੈ ਕਿ ਮੈਂ ਸਾਰੀ ਦੁਨੀਆ ਦੇ ਵਿੱਚ ਐਡਾ ਵੱਡਾ ਬੰਦਾ ਬਣ ਗਿਆ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਫੇਰ ਵੀ ਹਵਾ ਨਿਕਲੀ ਦੇਖੇ ਹੁਣ ਰੁਲਦਾ ਫਿਰਦਾ ਉਮ ਆਪਣੇ ਯਾਰ ਨੂੰ ਵੀ ਡੋਬ ਲਿਆ ਮੋਦੀ ਨੂੰ ਉਹਦੇ ਮੂੰਹ ਤੇ ਸਿਕਰੀ ਆਉਂਦੀ ਕੱਲ ਐ ਹੱਥ ਮਾਰ ਕੇ ਮੈਂ ਇਕੱਲਾ ਆਦਮੀ ਸਾਰੀ اپੋਜੀਸ਼ਨ ਪਰ ਭਾਰੀ ਪੈ ਰਹਾ ਹਾਂ ਆਪਣੇ ਆਪ ਨੂੰ ਆਪ ਹੀ ਕਹੀ ਜਾਂਦਾ ਮੈਂ ਇੰਨਾ ਤਕੜਾ ਹਦ ਹੋ ਗਈ ਯਾਰ ਹਵਾ ਦੇ ਨਿਕਲੀ ਪਈ ਐ ਮੂੰਹ ਤੇ ਮੱਖੀਆਂ ਨਹੀਂ ਉੱਡ ਰੀਆਂ ਤੇ ਉਹ ਹੱਥ ਮਾਰਨ ਜਿਆਦਾ ਮਾਰਨ ਦੇ ਨਾਲ ਤੁਸੀਂ ਤਕੜੇ ਹੋ ਜਾਓਗੇ ਉਹ ਨਹੀਂ ਹੈਗਾ ਕੁਛ ਨਹੀਂ ਐ ਪੂਰੀ ਹਵਾ ਨਿਕਲੀ ਐ ਮਾੜੀ ਗੱਲ ਹੋਈ ਐ ਜੋ ਵੀ ਹੋਈ ਐ ਮਾੜੇ ਪਾਸੇ ਚੱਲੇ ਸੀ ਇਹੀ ਪਾਣੀ ਦਾ ਮਾਮਲਾ ਮੈਂ ਪਾਣੀ ਨਹੀਂ ਬੋਲ ਰਿਹਾ ਪਾਣੀ ਦਾ ਮੈਂ ਪੀਏਯੂ ਤੋਂ ਪੜਿਆ ਮੈਂ ਉੱਥੋਂ ਬੀਏ ਸੀ ਕੀਤੀ ਜਦੋਂ ਮੈਂ ਸਟੂਡੈਂਟ ਸੀ ਮਿਡ 70s ਉਦੋਂ ਇਹ ਡਿਸਕਸ਼ਨਾਂ ਹੁੰਦੀਆਂ ਸੀ ਕਿ ਪੰਜਾਬ ਦਾ ਪਾਣੀ ਖਤਮ ਹੋ ਜਾਊਗਾ ਕਿੰਨੇ ਸਾਲ ਹੋ ਗਏ ਇਸ ਗੱਲ ਨੂੰ 45 ਸਾਲ 45 ਸਾਲ ਤੋਂ ਉੱਪਰ 47 ਸਾਲ ਹੋ ਗਏ ਸੋ ਲਗਭਗ 5 ਦਹਾਕਿਆਂ ਦੇ ਵਿੱਚ ਵੀ ਇਹਹੀ ਸਹਿਰਤਾ ਜਿਹੜੀ ਨਹੀਂ ਦਿਖਾਈ ਕੀ ਕੀਤਾ ਉਹਨੂੰ ਰੋਕਣ ਲਈ ਕੀ ਕੀਤਾ ਉਦੋਂ ਤੇ ਅੱਜ ਬਹੁਤ ਥੋੜੇ ਜ਼ਿਲ੍ਹਿਆਂ ਦੇ ਵਿੱਚ ਇਹੋ ਜੀ ਚਿੰਤਾ ਬਲਾਕਾਂ 'ਚ ਜ਼ਿਲ੍ਹਿਆਂ 'ਚ ਵੀ ਨਹੀਂ ਬਲਾਕਾਂ 'ਚ ਚਿੰਤਾ ਪ੍ਰਗਟ ਕੀਤੀ ਜਾ ਰਹੀ ਸੀਗੀ ਐਸ ਵੇਲੇ ਸਾਡੇ 85% ਬਲੌਗ ਇਸ ਤਰੀਕੇ ਦੇ ਹਨ ਜਿਹਨੂੰ ਡਾਰਕ ਜ਼ੋਨ ਕਹਿੰਦੇ ਆ ਡਾਰਕ ਜ਼ੋਨ ਦਾ ਮਤਲਬ ਇਹ ਹੈ ਕਿ ਜਿੰਨਾ ਪਾਣੀ ਅਸੀਂ ਥੱਲੋਂ ਖਿੱਚ ਰਹੇ ਹਾਂ ਉਹਨਾਂ ਪਾਣੀ ਮੀਂਹ ਦਾ ਤੇ ਹੋਰ ਪਾਣੀ ਥੱਲੇ ਵਾਪਸ ਨਹੀਂ ਧਰਤੀ 'ਚ ਜਾ ਰਿਹਾ ਤੇ ਪਾਣੀ ਕੱਢਣ ਦਾ ਬਾਹਰ ਦਰ ਜ਼ਿਆਦਾ ਆ ਤੇ ਥੱਲੇ ਦੁਬਾਰਾ ਵਾਪਸ ਜਾਣ ਦਾ ਘਾਟਿਆ ਉਹ ਇੱਕ ਦਿਨ ਪਾਣੀ ਮੁੱਕ ਜੂ ਜਿਹੜਾ ਤੁਸੀਂ ਕਹਿੰਦੇ 10-15 ਸਾਲਾਂ ਉਹ ਖੇਤੀ ਵੀ ਮੁੱਕ ਸਕਦਾ ਜ਼ਰੂਰੀ ਨਹੀਂ ਹੈ ਸਾਰੇ ਇਹਨਾਂ ਨੂੰ ਵੱਧ ਬਰਬਾਦੀ ਸਾਡੀਆਂ ਸਰਕਾਰਾਂ ਪਿਛਲੀਆਂ ਨੇ ਕੀਤੀ ਤੇ ਹੁਣ ਵਾਲੀ ਸਰਕਾਰ ਉਹਨੂੰ ਹੋਰ ਅੱਗੇ ਕਰਵਾ ਰਹੀ ਹੈ ਮੈਨੂੰ ਕਹਿਣ ਚ ਕੋਈ ਹਰਜ ਨਹੀਂ ਭਾਈ ਤੁਸੀਂ ਜਿਨ੍ਹਾਂ ਨੇ 10-10 ਟਿਊਬ ਲਾਏ ਉਹਨਾਂ ਨੂੰ ਮੁਫਤ ਬਿਜਲੀ ਕਿਉਂ ਦਿੱਤੀ ਇੱਕ ਅੰਦੇ ਵਾਲੇ ਨੂੰ ਦੇ ਲੋ ਛੋਟੀ ਮੋਟਰ ਵਾਲੇ ਨੂੰ ਦੇ ਲੋ ਜਿਹਦੇ ਕੋਲ ਬਹੁਤਾ ਜਾਣੀ ਨਹੀਂ ਥੱਲੇ ਮੱਛੀ ਮੋਟਰਾਂ ਨੂੰ ਵੀ ਤੁਸੀਂ ਮੁਫਤ ਪਾਣੀ ਕਿਉਂ ਦਿੱਤਾ ਉਹ ਜਿਹੜੇ ਜਾ ਕੇ ਕਿੰਨੇ 6 6 ਤੋਂ 5 500 ਫੁੱਟ ਤੋਂ ਪਾਣੀ ਖਿੱਚੀ ਤੁਰੇ ਜਾਂਦੇ ਕਿਉਂਕਿ ਮੁਫਤ ਆ ਦੱਬੀ ਚੱਲੋ ਥੱਲੇ ਕਰਦੇ ਹੋ ਖਰਚਾ ਕਰ ਲਓ ਪਾਣੀ ਖਿੱਚੀ ਤੁਰੇ ਚੱਲੋ ਕੋਈ ਇੰਨਾ ਸਰਕਾਰ ਦੇ ਜੇ ਚੰਡੀ ਜੇ ਚੰਡੀਗੜ੍ਹ ਮੋਹਾਲੀ ਇੱਥੇ ਕੋਈ ਘਰ ਦੇ ਵਿੱਚ ਅਸੀਂ ਬੋਰ ਨਹੀਂ ਕਰ ਸਕਦੇ ਕੋਈ ਸਮਰਸੀਬਲ ਨਹੀਂ ਲਾ ਸਕਦੇ ਕਿ ਸਰਕਾਰੀ ਪਾਣੀ ਹੈ ਜਿਹੜਾ ਸਰਕਾਰ ਦੀ ਜ਼ਿੰਮੇਵਾਰੀ ਹੈ ਉਹ ਮਿਲੇਗਾ ਤੁਸੀਂ ਘਰ ਦੇ ਵਿੱਚ ਇੱਕ ਚਬੱਚਾ ਬਣਾ ਕੇ ਸਟੋਰ ਕਰ ਲਓ ਉੱਥੇ ਆਪਣਾ ਟੁੱਲੂ ਪੰਪ ਲਾ ਕੇ ਟੈਂਕੀ ਦੇ ਝੜ ਲਓ ਇਹੋ ਹੀ ਪਾਲਿਸੀ ਹੈ ਨਾ ਕਿ ਤੁਸੀਂ ਧਰਤੀ ਹੇਟਲਾ ਸਿੱਧਾ ਪਾਣੀ ਨਹੀਂ ਕੱਢ ਸਕਦੇ ਤੁਸੀਂ ਦਰਵਾਰ ਤੋਂ ਵੀ ਕਰੋਗੇ ਸਰਕਾਰੀ ਟਾਈਮ ਜਿਹੜੀ ਡਿਊਟੀ ਹੈ ਉਹਨੇ ਟਾਈਮ ਟੂ ਟਾਈਮ ਆਉਣਾ ਹੈ ਤੇ ਜੇ ਮੋਹਾਲੀ ਤੇ ਚੰਡੀਗੜ੍ਹ ਦੇ ਲੋਕ ਇੱਥੇ ਮੇਰੇ ਖਿਆਲ ਨਾਲ ਲੋਕਾਂ ਕੋਲ ਕਈ-ਕਈ ਕਾਰਾਂ ਵੀ ਨੇ ਤੇ ਹੋਰ ਵੀ ਵਿਸਿਲੇ ਵਿਸਿਲੇ ਨੇ ਹਾਲਾਕਿ ਕਾਰਾਂ ਗੁਰਾਂ ਤੋਂ ਤੇ ਪਾਬੰਦੀ ਲਾਈ ਹੈ ਤੇ ਚੰਡੀਗੜ੍ਹ ਦੇ ਲੋਕ ਇਕਾਦੁੱਕਾ ਛੱਡ ਕੇ ਤੇ ਬਹੁਤੇ ਕਰਕੇ ਨਹੀਂ ਧੋਂਦੇ ਘਰਾਂ 'ਚ ਪਰ ਸਾਰਿਆਂ ਦੇ ਘਰਾਂ 'ਚ ਬੂਟੇ ਵੀ ਹੈਗੇ ਲਾਉਣ ਵੀ ਹੈਗੇ ਪਾਣੀ ਪੁਣੀ ਉੱਥੇ ਤੇ ਲਾਉਂਦੇ ਆ ਸੋ ਜੇ ਇਹ ਸਾਰਾ ਕੁਝ ਇੱਥੇ ਇੰਪਲੀਮੈਂਟ ਹੋ ਸਕਦਾ ਹੈ ਤੇ ਇਹ ਪੰਜਾਬ ਦੇ ਬਾਕੀ ਸ਼ਹਿਰਾਂ ਤੇ ਜਾਂ ਪਿੰਡਾਂ 'ਚ ਕਿਉਂ ਨਹੀਂ ਹੋ ਸਕਦਾ ਹੋ ਸਕਦਾ ਕਿ ਘਰਾਂ ਦੇ ਵਿੱਚ ਸਿਰਫ ਸਰਕਾਰੀ ਪਾਣੀ ਜਾਏਗਾ ਔਰ ਉਹ ਸਾਫ ਸੁਥਰਾ ਮੁਹਈਆ ਕਰਾਉਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਪਰ ਘਰਾਂ ਦੇ ਵਿੱਚ ਕੋਈ ਸਮਰਸੀਬਲ ਨਹੀਂ ਲਾਏਗਾ ਜੇ ਸਮਰਸੀਬਲ ਲਾਏਗਾ ਦਰਵਾਰ ਤੋਂ ਵੀ ਹੁੰਦੀ ਹੈ ਤੁਸੀਂ ਪੰਜਾਬ ਚ ਕਿਸੇ ਪਿੰਡ ਚ ਕਿਸੇ ਸ਼ਹਿਰ ਚ ਜਾ ਕੇ ਵੇਖ ਲਓ ਜਿੱਥੇ ਕੋਈ ਸਰਕਾਰੀ ਟੁੱਟੀ ਹੈ ਨਾ ਤੇ ਜੇ ਚੋਰੀ ਹੈ ਤੇ ਨਾਲ ਚਾਹੇ ਉਹਦੀ ਦੁਕਾਨ ਆ ਕੋਈ ਕੋਈ ਵੀ ਦੁਕਾਨ ਆ ਬਾਜ਼ਾਰ ਚ ਕੋਈ ਟੁੱਟੀ ਹੈ ਤਾਂ ਉਹ ਦੁਕਾਨ ਵਾਲੇ ਦੀ ਰੋਜ਼ ਦੀ ਮਨ ਕਰੇ ਲੱਖ ਰੁਪਏ 2 ਲੱਖ 5 ਲੱਖ ਰੁਪਏ ਦੀ ਸੇਲ ਹੋਵੇ ਤੇ ਉਹਨੂੰ 50000 ਦੀ ਬਚਤ ਹੋਵੇ ਉਹ ਤੋਂ 50 ਰੁਪਏ ਦੀ ਟੁੱਟੀ ਨਹੀਂ ਲੱਗਦੀ ਉਹ ਸਰਕਾਰੀ ਹੈ ਪਾਣੀ ਡੁੱਲ ਰਿਹਾ ਹੈ ਮਤਲਬ ਪਾਣੀ ਨੂੰ ਇਸ ਤਰੀਕੇ ਅਸੀਂ ਲੈਣੇ ਆ ਹਾਲਾਂਕਿ ਗੁਰਬਾਣੀ ਵਿੱਚ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਸੋ ਇਹ ਗੁਰਬਾਣੀ ਚ ਵੀ ਦੱਸਿਆ ਤਾਂ ਵੀ ਸਾਡੇ ਲਈ ਪਾਣੀ ਦੀ ਮਹੱਤਤਾ ਨਹੀਂ ਹੈ ਇਸ ਤਰੀਕੇ ਅਜਾਈ ਜਾ ਰਿਹਾ ਪਾਣੀ ਅਸੀਂ ਘਰਾਂ ਦੇ ਵਿੱਚ ਕਿੰਨੇ ਲੋਕ ਨੇ ਜਿਹੜੇ ਬਰਸ਼ ਕਰਦੇ ਹੋਏ ਉਹ ਟੂਟੀ ਬੰਦ ਕਰ ਦਿੰਦੇ ਨੇ ਉਹ ਟੂਟੀ ਸਿੰਕ ਦੀ ਚੱਲ ਰਹੀ ਹੈ ਤੇ ਉਹ ਬਰਸ਼ ਕਰੀ ਜਾ ਰਹੇ ਆ ਨਹੀਂ ਨਹੀਂ ਇਹ ਬਹੁਤ ਇਹ ਜਿਹੀਆਂ ਛੋਟੀ ਛੋਟੀਆਂ ਗੱਲਾਂ ਪਰ ਇਹ ਤੇ ਪਾਣੀ ਵੱਡੇ ਪੱਧਰ ਤੇ ਖਿੱਚਿਆ ਜਾਂਦਾ ਤੁਸੀਂ ਇਹ ਦੇਖੋ ਕਿ ਚੋਨੇ ਦੇ ਬਾਰੇ ਸਟੱਡੀ ਜਿਹੜੀ ਇਹ ਕਹਿੰਦੀ ਆ ਕਿ 4000 ਤੋਂ 5000 ਲੀਟਰ ਪਾਣੀ ਇੱਕ ਕਿਲੋ ਚੋਨੇ ਲਈ ਅਸੀਂ ਚੋਨਾ ਥੋੜੀ ਵੇਚਦੇ ਆ ਚੌਲ ਥੋੜੀ ਵੇਚਦੇ ਆ ਐਂ ਤੇ ਪਾਣੀ ਦੇ ਰਹੇ ਆ ਆਪਣਾ ਮੁੱਤ ਸਾਡੇ ਨਾਲੋਂ ਮੂਰਖ ਕੋਈ ਹੈਗਾ ਔਰ ਮੈਂ ਤੁਹਾਨੂੰ ਫ੍ਰੀ ਬਿਜਲੀ ਟਿਊਬਨਾਂ ਵਾਲੀ ਦੀ ਕਹਾਣੀ ਦੂਜੀ ਵੀ ਦੱਸਦੇ ਆ ਮੈਂ ਅੱਗੇ ਵੀ ਬਹੁਤ ਵਾਰੀ ਦੱਸਿਆ ਪਰ बार-बार ਦੱਸਣੀ ਚਾਹੀਦੀ ਉਹ ਕਹਾਣੀ ਕੀ ਹੈ ਇਨਾਂ ਨੂੰ ਜਿਹੜੀ ਪੰਜਾਬ ਦੇ ਅੰਦਰ ਜਿਹੜੀਆਂ ਵੱਡੀਆਂ ਫਸਲਾਂ ਆ ਕਣਕ ਝੋਨਾ ਨਰਮਾ ਇਹਨਾਂ ਦੀ ਮਿਨੀਮਮ ਸਪੋਰਟ ਐਮ ਐਸ ਪੀ ਮਿਲਦੀ ਵੈਸੇ ਤੇ ਉਹ 22 ਫਸਲਾਂ ਦੀ ਦਿੰਦੇ ਆ ਇਹਨਾਂ ਦੀ ਤੇ ਮਿਲਦੀ ਆ ਗੰਨੇ ਦੀ ਮਿਲਦੀ ਐ ਐਮ ਐਸ ਪੀ ਇਹ ਜਿਹੜੀ ਐ ਐਮ ਐਸ ਪੀ ਜਦੋਂ ਦਿੱਲੀ ਚ ਕੈਲਕੂਲੇਟ ਹੁੰਦੀ ਆ ਐਗਰੀਕਲਚਰ ਕਾਸਟ ਐਂਡ ਪ੍ਰਾਈਸ ਕਮਿਸ਼ਨ ਜਿਹੜਾ ਉਥੋਂ ਦਾ ਉਹ ਕਹਿੰਦੀ ਆ ਕਿ ਇਹਨਾਂ ਦੀ ਬਿਜਲੀ ਕਿੰਨਾ ਖਰਚਾ ਆਇਆ ਵੀ ਇਹਨਾਂ ਨੂੰ ਪੈਦਾ ਕਰਨ ਚ ਪਰ ਕਿਵਿੰਟਲ ਜ਼ੀਰੋ ਕਿਉਂਕਿ ਬਿਜਲੀ ਮੁਫਤ ਦਿੰਦੇ ਆ ਪੀ ਬਿਜਲੀ ਆਇਆ ਹੀ ਨਹੀਂ ਖਰਚਾ ਕਿਸਾਨਾਂ ਦਾ ਤੇ ਫਿਰ ਉਹ ਉਹਦੇ ਚ ਕਾਸਟ ਚ ਕਿਉਂ ਜੋੜਨਗੇ ਸਾਢੇ 19000 ਕਰੋੜ ਰੁਪਏ ਸਰਕਾਰੀ ਖਜ਼ਾਨੇ ਚ ਲੋਕਾਂ ਦਾ ਟੈਕਸ ਪੇਅਰ ਦਾ ਮਣੀ ਤੇ ਚਲਾ ਗਿਆ ਉਹ ਕਿਉਂਕਿ ਤੁਸੀਂ ਪੀ ਪੀਐਸਪੀਸੀ ਵਾਲੇ ਨੂੰ ਤੇ ਦੇਣਾ ਹੀ ਆ ਨਾ ਉਹ ਵੀ ਉਹ ਵੀ ਬੰਦ ਉਹਨੂੰ ਫਿਰਦਾ ਦੇਖਿਓ ਤੁਸੀਂ ਉਹਨਾਂ ਦੇ ਇੰਜੀਨੀਅਰ ਨੇ ਆਪਣੀ ਇੱਕ ਵਾਰਨਿੰਗ ਦੀ ਚਿੱਠੀ ਕੱਢ ਵੀ ਦਿੱਤੀ ਆ ਤੇ ਆ ਗਰਮੀ ਆਈ ਖੜੀ ਆ ਗਰਮੀ ਸ਼ੁਰੂ ਹੌਲੀ ਹੌਲੀ ਹੋ ਰਹੀ ਆ ਤੇ ਦੇਖਿਓ ਕੀ ਇੱਥੇ ਭੰਗ ਬੁੱਜਣੀ ਆ ਇਹ ਚੱਲਣਾ ਨਹੀਂ ਹੈਗਾ ਸਿਸਟਮ ਹੁੰਦਾ ਆਇਆ ਕਿ ਸਾਨੂੰ ਡਬਲ लॉस ਹੈ ਤੇ ਟ੍ਰਿਪਲ लॉस ਹੈ ਸਾਡੇ ਧਰਤੀ ਇਥੇ ਪਾਣੀ ਦਾ ਨੁਕਸਾਨ ਫ੍ਰੀ ਬਿਜਲੀ ਦੀ ਮੈਂ ਗੱਲ ਕਰ ਰਿਹਾ ਫ੍ਰੀ ਉਹ ਹੁੰਦੀ ਨਹੀਂ ਕਿਉਂਕਿ ਸਾਡੀ ਜਿਹੜੀ ਕੀਮਤ ਫਸਲਾਂ ਦੀ ਤੈਅ ਕਰਨੀ ਉਹ 19 ਥੱਲੇ ਚਲੀ ਗਈ ਕਿਉਂਕਿ ਕਿਸਾਨਾਂ ਨੂੰ ਤੇ ਉਨਾ ਹੀ ਮਿਲਿਆ ਜਿੰਨਾ ਘੱਟ ਮਿਲ ਗਿਆ ਸਰਕਾਰੀ ਖਜ਼ਾਨੇ ਚੋਂ ਪੰਜਾਬ ਦੇ ਚੋਂ 19000 18000 ਕਰੋੜ ਰੁਪਈਆ ਨਿਕਲ ਗਿਆ ਤੇ ਫਿਰ ਫਾਇਦਾ ਕਿਨੂੰ ਹੋਇਆ ਕੇਂਦਰ ਨੂੰ ਹੋਇਆ ਜਿਹਨੂੰ ਅਸੀਂ ਸਸਤੇ ਭਾਅ ਦਾਲ ਤੇ ਚੌਲ ਤੇ ਹੋਰ ਸਾਰਾ ਕੁਝ ਦੇ ਰਹੇ ਆ ਕੱਢ ਕੱਢ ਕੇ ਉਕਾਉ ਦੀ ਕੋਸਟ ਉਹ ਲੱਗਦੀ ਨਹੀਂ ਹੈਗੀ ਜੇ ਇਹੀ ਪੈਸਾ ਕਿਸੇ ਹੋਰ ਤਰੀਕੇ ਨਾਲ ਉਨਾ ਹੀ ਕਿਸਾਨਾਂ ਨੂੰ ਦਿੱਤਾ ਜਾਂਦਾ ਸਰਕਾਰ ਵੱਲੋਂ ਕਰਜ਼ੇ ਦੇ ਰਾਹਤ ਦੇ ਰੂਪ ਚ ਦਿੱਤਾ ਜਾਂਦਾ ਉਹਨਾਂ ਦੀਆਂ ਸਿਹਤ ਸਵਾਮਾਂ ਨੂੰ ਮਜ਼ਬੂਤ ਕਰਨ ਚ ਦਿੱਤਾ ਜਾਂਦਾ ਉਹਨਾਂ ਨੂੰ ਕੋਈ ਸਕਿੱਲ ਸਿਖਾਉਣ ਦੇ ਵਿੱਚ ਮਜ਼ਬੂਤ 18-19000 ਕਰੋੜ ਰੁਪਈਆ ਬਹੁਤ ਰੁਪਈਆ ਹੁੰਦਾ ਉਹਨਾਂ 'ਚ ਤੁਸੀਂ ਇਹ ਵੀ ਮੰਨ ਲਓ ਕਿ 3000 ਕਰੋੜ ਰੁਪਈਆ ਮਾਫ਼ ਕਰ ਦਿਓ ਜਿਹੜੇ ਗਰੀਬ ਟਿਊਬ ਵਲਾਂ ਵਾਲੇ ਆ ਜਿਹੜੇ ਜਿੰਨਾਂ ਦੀ 3 ਹਾਰਸ ਪਾਵਰ ਦੀ ਮੋਟਰ ਆ 2 ਹਾਰਸ ਪਾਵਰ ਦੀ ਮੋਟਰ ਆ ਜਾਂ ਜਿਨ੍ਹਾਂ ਦੇ ਸਰਫੇਸ ਪਾਣੀ ਉੱਪਰ ਆ ਕਿ ਬਹੁਤਾ ਨੁਕਸਾਨ ਨਹੀਂ ਕਰ ਰਹੇ ਉਹ ਸਰਵੇ ਕਰਵਾ ਲਓ ਔਰ ਉਸ ਨੂੰ ਉਹਨਾਂ ਨੂੰ ਮੁਫਤ ਵੀ ਦੇ ਦਿਓ ਕੋਈ ਹਰਜ ਨਹੀਂ ਗਰੀਬ ਕਿਸਾਨ ਨੂੰ 2 ਏਕੜ ਨੂੰ 3 ਏਕੜ ਨੂੰ 4 ਏਕੜ ਨੂੰ ਦੇ ਦਿਓ ਦੂਜੇ ਕਿਉਂ ਨਹੀਂ ਬਿੱਲ ਦੇਣ ਜੀ ਕੀ ਗੱਲ ਆ ਕੀ ਤਕਲੀਫ ਆ ਉਹਨਾਂ ਨੂੰ ਫਾਇਦਾ ਵੀ ਨਹੀਂ ਕੋਈ ਇਸ ਲਈ ਇਹ ਜਿਹੜਾ ਪਾਣੀ ਦੀ ਤਬਾਹੀ ਵਾਲਾ ਮਾਮਲਾ ਅੱਜ ਤੁਸੀਂ ਛੇੜਿਆ ਨਾ ਇਹ ਜਿੰਨਾ ਪਾਣੀ ਅਸੀਂ ਰੀਪਲੈਂਚ ਹੋ ਸਕਦਾ ਥੱਲੇ ਦੁਬਾਰਾ ਆਪਾਂ ਰੀਚਾਰਜ ਕਰ ਸਕਦੇ ਹਾਂ ਉਹਦੇ ਨਾਲੋਂ ਘੱਟੋ-ਘੱਟ 40% ਅਸੀਂ ਜ਼ਿਆਦਾ ਖਿੱਚ ਰਹੇ ਹਾਂ ਜੇ 5% ਵੀ ਖਿੱਚੋਗੇ ਤਾਂ ਵੀ ਮਾੜੀ ਗੱਲ ਹੈ ਕਿਉਂਕਿ ਇੱਕ ਦਿਨ ਤੇ ਖਤਮ ਹੋ ਜੂ ਪਰ ਜੇ ਤੁਸੀਂ ਸਿੱਧਾ ਹੀ 40% ਦੇ ਤੇ ਮਤਲਬ ਤੁਸੀਂ ਥੱਲਿਓ ਇੱਕ ਵਾਰੀ ਕਿਸਮ ਦਾ ਫਲੱਡ ਲਿਆਂਦਾ ਪਿਆ ਪਾਣੀ ਖਿੱਚ-ਖਿੱਚ ਕੇ ਬਾਹਰ ਉਹ ਬੰਦ ਹੋਣਾ ਚਾਹੀਦਾ ਇਹੀ ਤਾਂ ਹੈ ਕੁਝ ਪਿੰਡਾਂ ਦੇ ਕਿਸਾਨ ਇਸ ਗੱਲ ਤੋਂ ਸਤਰਕ ਹੋਏ ਆ ਉਹਨਾਂ ਨੇ 25 ਤਰੀਕ ਨੂੰ ਇੱਕ ਵੱਡਾ ਇਕੱਠ ਰੱਖਿਆ ਹੋਇਆ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਵੀ ਉੱਥੇ ਆਉਣਗੇ ਕਿ ਅਸੀਂ ਉਹ 67 ਕੇ 65 ਪਿੰਡਾਂ ਦੇ ਲੋਕ ਹੈਗੇ ਆ ਮਾਨਸਾ ਇਸ ਏਰੀਆ ਦੇ ਸਾਰੇ ਉਹ ਇਹਦਾ ਕਨਵੈਨਸ਼ਨ ਕਰਕੇ ਮੰਗ ਕਰਨਗੇ ਕਿ ਸਾਨੂੰ ਦੁਬਾਰਾ ਨਹਿਰੀ ਪਾਣੀ ਜਿਹੜਾ ਉਹ ਦੇਣਾ ਸ਼ੁਰੂ ਕੀਤਾ ਜਾਏ ਤਾਂ ਜਦ ਤੱਕ ਸਰਕਾਰ ਖੋਦ ਪੰਜਾਬ ਦੇ ਦਰਿਆਈ ਪਾਣੀਆਂ ਵੱਲ ਧਿਆਨ ਖੇਤੀ ਦੇ ਵਿੱਚ ਨਹੀਂ ਕਰਦੀ ਜਿੰਨਾ ਮਰਜ਼ੀ ਖਰਚਾ ਆਏ ਜੇ ਦਰਿਆਈ ਪਾਣੀ ਦਾ ਜੋ ਬਿਜਲੀ ਵੀ ਵੱਜੂ ਬਿਜਲੀ ਬਚੂਗੀ ਜ਼ਮੀਨ ਵੀ ਬਚੂਗੀ ਝੋਨੇ ਤੋਂ ਛਟਕਾਰਾ ਹੋ ਜਾਊਗਾ ਸਾਡਾ ਕੋਈ ਜ਼ਰੂਰੀ ਨਹੀਂ ਐਸੀ ਝੋਨਾ ਲਾਉਣਾ ਕੋਈ ਹੋਰ ਫਸਲ ਦੀ ਉਹਨਾਂ ਨੂੰ ਤਗੜੀਆਂ ਦੀ ਦੇ ਦਿਓ ਗਰੰਟੀ ਦੇ ਦਿਓ ਕਿ ਅਸੀਂ ਸਾਰੀ ਖਰੀਦਾਂਗੇ ਜਿਵੇਂ ਮੂੰਗੀ ਦੀ ਪਿਛਲੀ ਵਾਰੀ ਭਗਵੰਤ ਮਾਨ ਦੀ ਸਰਕਾਰ ਨੇ ਦਿੱਤੀ ਸੀ ਇਹੋ ਜਿਹਾ ਕੁਝ ਕੀਤਾ ਜਾ ਜਾਂ ਚੰਗੇ ਬਾਗ ਲਾ ਦਿਓ ਕੋਈ ਬੂਟੇ ਲਾ ਦਿਓ ਕੁਝ ਹੋਰ ਲਾ ਦਿਓ ਜਿੱਥੇ ਪਾਣੀ ਦੀ ਘੱਟ ਲੋੜ ਹੈ ਬਹੁਤ ਕੁਝ ਕੀਤਾ ਜਾ ਸਕਦਾ ਪਰ ਹਰ ਕੋਈ ਵੋਟ ਲਈ ਜੇ ਜਦੋਂ ਸਾਡੀ ਸਾਰੀ ਰਾਜਨੀਤੀ ਇਸ ਗੱਲ ਤੇ ਆ ਕੇ ਟਿਕ ਜੂਗੀ ਕਿ ਆਪਾਂ ਲੋਕਾਂ ਦੀਆਂ ਵੋਟਾਂ ਕਿਵੇਂ ਵਟੋੜਨੀ ਆयां ਤਾਂ ਫਿਰ ਇਹੋ ਹੀ ਕੰਮ ਉਹ ਮੋਦੀ ਉਹਨੂੰ ਰਿਓੜੀਆਂ ਕਹਿੰਦਾ ਤੁਸੀਂ ਉਹਨੂੰ ਭਾਵੇਂ ਪਤਾਸੇ ਕਹਿ ਲੋ ਜੋ ਮਰਦੀ ਕਹਿ ਲੋ ਪਰ ਪਰ ਹਾਲਤ ਇਹੀ ਹੈ ਕਿ ਹਰ ਬੰਦਾ ਹ ਹੁਣ ਬੀਬੀਆਂ ਨੂੰ 100000 ਰੁਪਇਆ ਮੈਨੂੰ ਇਹ ਦੱਸੋ ਕਿ ਪ੍ਰਨੀਤ ਕੌਰ ਨੂੰ 1000 ਰੁਪਇਆ ਦੇਣ ਦੀ ਲੋੜ ਹੈਗੀ ਆ ਹਰ ਸਿਮਰਤ ਕੌਰ ਬਦਲ ਨੂੰ 1000 ਰੁਪਇਆ ਦੇਣ ਦੀ ਲੋੜ ਹੈ ਹਰ ਮਹੀਨੇ ਜਦੋਂ ਅਨਾਉਂਸ ਕਰਦੇ ਆ ਅਸੀਂ ਤੇ ਇੰਨਾ ਤੇ ਕਹਿ ਦੋਗੇ ਯਾਰ ਅਸੀਂ ਥੱਲੇ ਵਾਲੀਆਂ ਜਿਹੜੀਆਂ ਗਰੀਬ 50% ਬੀਬੀਆਂ ਉਹਨਾਂ ਨੂੰ ਦੇਾਂਗੇ ਕੋਈ ਸਮਝ ਵੀ ਪੈਂਦੀ ਆ ਕਾਲੀਦਾਲ ਨੇ ਇੰਜ ਕੀਤਾ ਸੀ ਵੀ ਅਸੀਂ ਧਰਤ ਔਰਤਾਂ ਨੂੰ ਗਰੀਬ ਔਰਤਾਂ ਨੂੰ ਦਿਆਂਗੇ ਪਰ ਉਹ ਕਿਉਂਕਿ ਹਰ ਇੱਕ ਦੀ ਵੋਟ ਲੈਣੀ ਆ ਉਦੋਂ ਤੇ ਉਹਨੂੰ ਵੋਟ ਦੇ ਨਾਲ ਸਬੰਧ ਕਰਕੇ ਅਸੀਂ ਇਹ ਪਾਲਿਸੀਆਂ ਪੋਲਿਟਿਕਸ ਜਿੱਤੇ ਤੱਕ ਬੰਨ੍ਹ ਨਹੀਂ ਹੁੰਦੀ ਅਸੀਂ ਪੰਜਾਬ ਦਾ ਪਾਣੀਆਂ ਦਾ ਕਿ ਕਿਸੇ ਚੀਜ਼ ਦਾ ਵੀ ਸੁਧਾਰ ਨਹੀਂ ਕਰ ਸਕਦੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇੱਕ ਅਪੀਲ ਕੀਤੀ ਆ ਉਹਨਾਂ ਦਾ ਬਿਆਨ ਵੀ ਆਇਆ ਜਿਹੜਾ ਪੰਜਾਬ ਸਰਕਾਰ ਕੋਟਕਪੂਰਾ ਤੇ ਬਹਿਬਲ ਕਲਾ ਜਿਹੜਾ ਬੇਅਦਬੀ ਮਾਮਲਿਆਂ ਦੇ ਵਿੱਚ ਪੂਰੀ ਤਰ੍ਹਾਂ ਵਚਨਬੱਧ ਦਾ ਇਨਸਾਫ ਦਿਵਾਉਣ ਲਈ ਸੋ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੈ ਕਿ ਜਿਹੜਾ ਉੱਥੇ ਬਹਿਬਲ ਕਲਾਮ ਵਿਖੇ ਜਿਹੜਾ ਨੈਸ਼ਨਲ ਹਾਈਵੇ ਹੈ ਜਿਹੜਾ ਉਹ ਜਾਮ ਕੀਤਾ ਹੋਇਆ ਹੈ ਉਹ ਖੋਲ ਦਿਓ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਅਸੀਂ ਵਚਨਬੱਧਾਂ ਜਲਦੀ ਦੋਸ਼ੀਆਂ ਨੂੰ ਫੜਾਂਗੇ ਉਹਨਾਂ ਨੂੰ ਬੰਦੀਆਂ ਸਜ਼ਾਵਾਂ ਵੀ ਦਿਵਾਵਾਂਗੇ ਸੋ ਜਿਹੜਾ ਇਹ ਅਲਟੀਮੇਟਮ ਇੱਕ ਦਿੱਤਾ ਸੀ ਸਰਕਾਰ ਨੂੰ ਜਦੋਂ ਉਹ ਪੂਰਾ ਨਹੀਂ ਹੋਇਆ ਉਸ ਅਲਟੀਮੇਟਮ ਦੇ ਦੌਰਾਨ ਜਿਹੜੇ ਬੇਅਦਬੀਆਂ ਦੇ ਅਸਲ ਦੋਸ਼ੀ ਨਹੀਂ ਫੜੇਗੇ ਉਸ ਤੋਂ ਬਾਅਦ ਫਿਰ ਉੱਥੇ ਸਿੱਖ ਸੰਗਤਾਂ ਵੱਲੋਂ ਧਰਨਾ ਲਾਇਆ ਗਿਆ ਪਰ ਅੱਜ ਮੁੱਖ ਮੰਤਰੀ ਸਾਹਿਬ ਨੇ ਅਪੀਲ ਕੀਤੀ ਹੈ ਕਿ ਤੁਸੀਂ ਧਰਨਾ ਚੁੱਕੋ ਤੇ ਅਸੀਂ ਵਚਨਬੱਧਾਂ ਇਸ ਗੱਲ ਨੂੰ ਕਿ ਛੇਤੀ ਜਿਹੜੇ ਅਸਲ ਦੋਸ਼ੀ ਨੇ ਉਹ ਸਲਾਖਾਂ ਪਿੱਛੇ ਉਹਨੂੰ ਆਪਣੀ ਸੋਚ ਦੀ ਨਾ ਜਿਹੜੀ ਹਿੰਦੀ ਹੈ ਇੱਕ ਤੇ ਫਾਸਟ ਫਾਰਵਰਡ ਕਹਿੰਦੇ ਤੁਸੀਂ ਫਾਸਟ ਬੈਕਵਰਡ ਲੈ ਕੇ ਜਾਓ ਭਈ ਬੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਲੈ ਕੇ ਜਾਂਦੇ ਆ ਪੋਸਟਰ ਲਾ ਕੇ ਜਾਂਦੇ ਆ ਹੱਥ ਦੇ ਲਿਖੇ ਪੋਸਟਰ ਉਦੋਂ ਜਵਾਰ ਕਲਾ ਕੀ ਨਾ ਉਹ ਪਿੰਡ ਦਾ ਨਾ ਜਵਾਰ ਕੇ ਜਵਾਰ ਕੇ ਲੈ ਕੇ ਜਾਂਦੇ ਆ ਹੈਨਾ ਫਿਰ ਉਹ ਲਲਕਾਰ ਕੇ ਜਾਂਦੇ ਆ ਕੀ ਉਹ ਬੰਦੇ ਫੜੇ ਨਹੀਂ ਸੀ ਜਾ ਸਕਦੇ ਬਿਲਕੁਲ ਫੜੇ ਜਾ ਸਕਦੇ ਸੀਗੇ ਨਹੀਂ ਫੜੇ ਜਾਂ ਉਹ ਐਵੇਂ ਹੀ ਗੋਂਗਲੂਆਂ ਤੋਂ ਮਿੱਟੀ ਝਾੜੀ ਕੋਈ ਕਾਰਵਾਈ ਵੇਲੇ ਸਿਰ ਨਹੀਂ ਕੀਤੀ ਉਦੋਂ ਫਿਰ ਅੱਗੇ ਪੱਤਰੇ ਫਾਟਣ ਜਾਂ ਹੋਰ ਸਾਰਿਆਂ ਐਨ ਲਲਕਾਰ ਕੇ ਕੀਤਾ ਗਿਆ ਇਹ ਜੂਨ ਤੋਂ ਲੈ ਕੇ ਅਕਤੂਬਰ ਤੱਕ ਇਹ ਸਾਰਾ ਹੁੰਦਾ ਰਿਹਾ ਉਦੋਂ ਬਾਅਦ ਜਿਹੜਾ ਵੱਡਾ ਕੇਸ ਜਿੱਥੋਂ ਜ਼ਿਆਦਾ ਹੋਇਆ ਪੜ ਗਿਆ 21 ਦਿਨ ਦਿਹਾੜੇ ਉਹ ਪ੍ਰੋਟੈਸਟ ਨਹੀਂ ਮਾਰੇ ਨੀ ਤੇ ਇਹ ਕਿ ਨੂੰ ਛਾਕਿਆ ਕਿ ਪੁਲਿਸ ਨੇ ਨਹੀਂ ਮਾਰੇ ਫਿਰ ਕਿਹੜੀ ਗੱਲ ਦੀ ਮੈਨੂੰ ਨਹੀਂ ਸਮਝ ਆਉਂਦੀ ਕਿ 7 ਸਾਲ ਤੋਂ ਉੱਪਰ 8 ਸਾਲ ਹੁਣ ਨੂੰ ਆਇਆ ਕਿ ਇਨਕੁਆਇਰੀ ਚੱਲੀ ਜਾਂਦੀ ਹੈ ਕਰਾਂਗੇ ਜੀ ਕਰਾਂਗੇ ਜੀ ਕਰਾਂਗੇ ਜੀ ਕਰਾਂਗੇ ਕਿਹੜੀ ਕਿਹੜੀ ਚ ਕੰਪਲੀਕੇਟਡ ਕੀ ਹੈ ਮੈਨੂੰ ਇਹ ਦੱਸੋ ਕਿ ਜੇ ਇਨਕੁਆਇਰੀ ਤੇ ਖੜੀ ਨਹੀਂ ਜਾ ਰਹੀ ਤੀਜੀ ਸਰਕਾਰ ਆ ਉਦੋਂ ਅਕਾਲੀ ਦਲ ਦੀ ਦੂਜੀ ਸਰਕਾਰ ਸੀ 2012 ਤੋਂ 17 ਦੀ ਉਹਨਾਂ ਤੋਂ ਹੱਲ ਨਹੀਂ ਹੋਇਆ ਚਲੋ ਉਹਨਾਂ ਦੀ ਸਰਕਾਰ ਦੇ ਵਿੱਚ ਹੋਇਆ ਇਸੇ ਕਰਕੇ ਪੰਜਾਬ ਦੇ ਵਿੱਚ ਜਿਹੜਾ ਲੋਕਾਂ ਨੇ ਗੁੱਸਾ ਵੀ ਕੱਢਿਆ ਵੀ ਉਹ ਸਰਕਾਰ ਦੇ ਦੌਰਾਨ ਇਹ ਬੇਅਦਬੀਆਂ ਹੋਈਆਂ ਨੇ ਉਦੋਂ ਮੁੜ ਕੇ ਕੈਪਟਨ ਦੀ ਸਰਕਾਰ ਆ ਗਈ ਕੈਪਟਨ ਨੇ ਗੁਟਕਾ ਸਾਹਬ ਹੱਥ 'ਚ ਫੜ ਕੇ ਸੌਹ ਚੁੱਕੀ ਸੀ ਤੇ ਮੈਂ ਅਸੀਂ 4 ਹਫ਼ਤਿਆਂ 'ਚ ਕੀ ਲੱਕ ਤੋੜ ਦਿਆਂਗਾ ਜੀ ਮੈਂ ਨਸ਼ੇ ਦਾ ਨਸ਼ਾ ਵੀ ਖਤਮ ਕਰ ਦਾਂਗਾ ਤੇ ਬੇਅਦਬੀ ਵਾਲੇ ਵੀ ਅੰਦਰ ਹੋਣਗੇ ਸਭ ਕੁਝ ਹੋਣਗੇ ਉਦੋਂ ਮੁੜ ਕੇ ਉਹਨਾਂ ਦੇ ਮੰਤਰੀ ਅੰਦਰ ਝੋਲੀਆਂ ਾਟਦੇ ਰਹੇ ਨੇ ਕੈਪਟਨ ਅੱਗੇ ਵਿਧਾਨ ਸਭਾ 'ਚ ਕਿ ਝੋਲੀ ਾੜ ਕੇ ਤੁਹਾਡੇ ਤੋਂ ਭੀਖ ਮੰਗ ਰਹੇ ਆ ਜੀ ਤੁਸੀਂ ਇਹ ਕਰੋ ਬੇਅਦਬੀ ਵਾਲੇ ਦੋਸ਼ੀਆਂ ਨੂੰ ਅੰਦਰ ਕਰੋ ਇਹ ਕਰੋ ਤੇ ਕੈਪਟਨ ਦੇ ਸਿਰ ਤੇ ਜੁੰਨੀ ਸਰਕੀ ਉਹ ਸਰਕਾਰ ਵੀ ਚਲੀ ਗਈ ਉਦੋਂ ਮੁੜ ਕੇ ਚੰਨੀ ਆਇਆ ਉਸੇ ਸਰਕਾਰ ਦੇ ਵਿੱਚ ਕੈਪਟਨ ਚਲਾ ਗਿਆ ਚੰਨੀ ਆ ਗਿਆ ਚਲਾ ਗਿਆ ਚੰਨੀ ਭੇਜਦਾ ਚਲੋ ਕੈਪਟਨ ਨੂੰ ਭੇਜ ਦਿੱਤਾ ਤੇ ਚੰਨੀ ਆ ਗਿਆ ਚੰਨੀ ਨਿਆਉਂਦੇ ਜੁੰਨੀਆਂ ਬੱਸਾਂ ਆਇਦਰ ਬੋਰਡ ਜਦੋਂ ਘਰੋਂ ਬਾਹਰ ਨਿਕਲੋ ਇੱਕ ਚੌਂਕ 'ਚ ਜਾਓ ਦੂਜੇ ਜਾਓ ਚੰਡੀਗੜ੍ਹ ਜਾਓ ਰਾਜ ਬੋਰਡ ਹੀ ਬੋਰਡ ਬੋਰਡ ਕੀ ਕਿ ਘਰ-ਘਰ ਦੇ ਵਿੱਚ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਉਹ ਵੀ ਮਸਲਾ ਤੇ ਇੱਕ ਵੀ ਨਹੀਂ ਹੱਲ ਕੀਤਾ ਲੋਕ ਤੇਰੇ ਕੋਲ ਲੈ ਕੇ ਆ ਰਹੇ ਨੇ ਹਾਲੇ ਤੇ ਕੋਈ ਵੀ ਨਹੀਂ ਹੋਇਆ ਤੇ ਕਰੋੜਾ ਰੁਪਇਆ ਜਿਹੜਾ ਉਹ ਇਹਨਾਂ ਗੱਲਾਂ ਤੇ ਲਾਤਾ ਉਹਨਾਂ ਤੋਂ ਵੀ ਮਸਲਾ ਹੱਲ ਨਹੀਂ ਹੋਇਆ ਹੁਣ ਇਹ ਸਰਕਾਰ ਨੂੰ ਬਣੀ ਨੂੰ ਲਗਭਗ 10 ਮਹੀਨੇ ਹੋ ਗਏ ਐ ਤੇ ਇਹ ਸਰਕਾਰ ਕੋਲੋਂ ਵੀ ਹਲੇ ਤੱਕ ਇਹ ਮਸਲਾ ਹੱਲ ਨਹੀਂ ਹੋਇਆ ਹਾਲਾਂਕਿ ਦੋ ਤਿੰਨ ਵਾਰੀ ਉੱਥੇ ਕੁਲਤਾਰ ਸੰਧਵਾ ਜਿਹੜੇ ਮਾਨਯੋਗ ਸਪੀਕਰ ਨੇ ਉਹ ਵੀ ਜਾਏ ਨੇ ਸੋ ਮਸਲਾ ਉੱਥੇ ਦਾ ਉੱਥੇ ਹੀ ਐ ਸੋ ਲੋਕਾਂ ਦਾ ਗੁੱਸਾ ਵਧੀਆ ਤੇ ਉਹਨਾਂ ਨੇ ਜਿਹੜਾ ਹਾਈਵੇ ਪਿਛਲੇ ਕਾਫੀ ਦਿਨਾਂ ਤੋਂ ਜਾਮ ਕੀਤਾ ਹੋਇਆ ਤੇ ਇਸ ਕਰਕੇ ਹੁਣ ਅੱਜ ਮੁੱਖ ਮੰਤਰੀ ਸਾਹਿਬ ਨੇ ਅਪੀਲ ਕੀਤੀ ਹੈ ਕਿ ਤੁਸੀਂ ਇਹ ਜਾਮ ਖੋਲੋ ਆਮ ਲੋਕਾਂ ਨੂੰ ਤੰਗੀ ਨਾ ਆਵੇ ਅਸੀਂ ਵਚਨਬੱਧਾ ਕਿ ਨਿਆਂ ਦਵਾਵਾਂਗੇ ਪਰ ਇਸ ਦੌਰਾਨ ਹੀ ਜਿਹੜਾ ਕੁਮਰ ਵਿਜੇ ਪ੍ਰਤਾਪ ਹੈ ਆਮ ਆਦਮੀ ਪਾਰਟੀ ਦੇ ਆਪਣੇ ਵਿਧਾਇਕ ਨੇ ਉਹਨਾਂ ਨੇ ਆ ਕੇ ਵੀ ਕਿੰਨੇ ਵਾਰੀ মিডিਆ ਸਾਹਮਣੇ ਕਿਹਾ ਕਿ ਫੜਕੇ ਹੋ ਨਹੀਂ ਰੇ ਕਾਰਵਾਈ ਕਿਉਂ ਨਹੀਂ ਹੋ ਰਹੀ ਸੋ ਮਾਮਲਾ ਕਾਫੀ ਗੁੰਝਲਦਾਰ ਜਿਹਾ ਲੱਗ ਰਿਹਾ ਨਹੀਂ ਉਹਨਾਂ ਨੇ ਤਾਂ ਕਹਿ ਹੀ ਦਿੱਤਾ ਸੀ ਉਹਨਾਂ ਬਹੁਤ ਦਿਨ ਪਹਿਲਾਂ ਇੱਕ ਬਿਆਨ ਦੇ ਕੇ ਕਿਹਾ ਸੀ ਉਸੇ ਜਗ੍ਹਾ ਤੋਂ ਬਰਗਾੜੀ ਵਾਲੀ ਤੋਂ ਕਿ ਦੇਖੋ ਇਹ ਫੈਸਲਾ ਹੁਣ ਸੜਕਾਂ ਤੇ ਹੋਊਗਾ ਵੈਸੇ ਨਹੀਂ ਹੋਣਾ ਤੇ ਹੋਈ ਉਧਰ ਨੂੰ ਚੱਲ ਪਏ ਆ ਲੋਕ ਕਿਉਂਕਿ ਜੇ ਉਹ ਖੁਦ ਉਸ ਇਨਕੁਆਇਰੀ ਚ ਤਹਿਕੀਕਾਂ ਚੜ੍ਹਨੇ ਵੱਡੇ ਪੱਧਰ ਤੇ ਇਨਵੋਲਡ ਸੀ ਪਹਿਲੀ ਗੱਲ ਤੇ ਮੈਂ ਇਸ ਗੱਲ ਦਾ ਹੈਰਾਨ ਆ ਕਿ ਉਹਨਾਂ ਦਾ ਆਪਣਾ ਐਮ.ਐਲ.ਏ ਹੋਵੇ ਤੇ ਇਸ ਗੱਲ ਦੀ ਉਹਨਾਂ ਦੀਆਂ ਸਭਾਵਾਂ ਪੂਰੀਆਂ ਨਾ ਲਈਆਂ ਜਾਣ ਇਸ ਗੱਲ ਨੂੰ ਸਿਰੇ ਲਾਉਣ ਲਈ ਉਹ ਪੁਲਿਸ ਦਾ ਅਫੀਸਰ ਆ ਸੀਨੀਅਰ ਅਫੀਸਰ ਰਿਟਾਇਰ ਉਹਨੇ ਰਿਟਾਇਰਮੈਂਟ ਲਈ ਆ 9 ਸਾਲ ਹੈ ਜੇ ਨੌਕਰੀ ਰਹੀਦੀ ਸੀ ਚਲੋ ਉਹਨਾਂ ਦੀ ਨਰੂਨੀ ਮਾਮਲਾ ਉਹਨਾਂ ਨੇ ਛੱਡ ਵੀ ਇੱਕ ਪਾਸੇ ਕੁਮਰ ਵੀ ਜੇ ਪ੍ਰਤਾਪ ਨੂੰ ਇੱਕ ਪਾਸੇ ਵੀ ਰੱਖ ਲਓ ਉਹਦੇ باوجود ਵੀ ਕੀ ਪਰੋਸਾ ਦੇਣਗੇ ਹੁਣ ਤੁਸੀਂ ਜਿਵੇਂ ਕਲਤਾਰ ਸੰਧਵਾ ਦਾ ਉਹਨੇ ਤਾਂ ਕਿਹਾ ਸੀ ਨਵੰਬਰ ਐਂਡ ਤੱਕ ਮੈਂ ਸਾਰਾ ਮਸਲਾ ਕਰ ਦੂੰਗਾ ਹੁਣ ਭਗਵੰਤਮਾਨ ਹੁਣੀ ਉਹਨਾਂ ਤੋਂ ਉੱਪਰ ਹੈ ਇੱਕ ਰੈਂਕ ਕੱਲ ਨੂੰ ਕੇਜਰੀਵਾਲ ਆਜੂਗਾ ਵੀ ਭਗਵੰਤਮਾਨ ਕੋ ਨਹੀਂ ਹੁੰਦਾ ਮੈਂ ਕਰੂੰਗਾ ਛੱਡ ਛੱਡ ਦਿਓ ਤੁਸੀਂ ਗਾ ਬਸ ਹੁਣ ਕੇਜਰੀਵਾਲ ਦਾ ਕਿਹੜਾ ਪਰੋਸਾ ਕਰੂੰ ਉਹਨੂੰ ਤੇ ਐਲਜੀ ਭੂਤ ਨਹੀਂ ਭਲਾਈ ਫਿਰਦਾ ਉੱਥੇ ਦਾ ਦਿੱਲੀ ਵਾਲਾ ਤੇ ਇਸ ਲਈ ਇਹ ਕਾਫੀ ਲੋਕਾਂ ਦਾ ਜਿਹੜਾ ਭਰੋਸਾ ਹੈ ਨਾ ਭਰੋਸੇ ਵਾਲੀ ਗੱਲ ਵੀ ਮੇਰੇ ਤੇ ਭਰੋਸਾ ਕਰੋ ਇਹ ਗੱਲ ਕੱਟੀ ਗਈ ਹੈ ਇਹ ਬਹੁਤ ਪਿੱਛੇ ਰਹਿ ਚੁੱਕੀ ਹੈ ਭਰੋਸਿਆਂ ਤੇ ਕੋਈ ਕ ਚੱਲਦਾ ਹੀ ਨਹੀਂ ਉਹ ਕਹਿੰਦੇ ਸਾਨੂੰ ਤੇ ਬਿਲਕੁਲ ਕੋਈ ਭਰੋਸਾ ਨਹੀਂ ਹੈ ਤੁਹਾਡੇ ਤੇ ਜਨਰਲੀ ਇਹ ਲੋਕਾਂ ਦਾ ਤੁਸੀਂ ਵੀ ਲੋਕਾਂ ਚ ਰਹਿੰਦੇ ਆ ਅਸੀਂ ਵੀ ਰਹਿੰਦੇ ਆ ਇਹ ਬਣ ਗਿਆ ਕਿ ਪੋਲੀਟੀਸ਼ੀਨ ਹੋਵੇ ਤੇ ਉਹਦੀ ਗੱਲ ਦਾ ਭਰੋਸਾ ਕਰੀਏ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਸਾਨੂੰ ਲਿਖ ਕੇ ਦੇਣਾ ਸੀ ਤਾਂ ਵੀ 10 ਵਾਰੀ ਦੇਖਾਂਗੇ ਵੀ ਇਹ ਠੀਕ ਠਾਕ ਲਿਖਿਆ ਕਿ ਕੋਈ ਝਾਲੀ ਤੇ ਨਹੀਂ ਸਾਨੂੰ ਪੜਾ ਗਿਆ ਵੀ ਹਾਲਤ ਬਣੀ ਹੈ ਬੇਪਰੋਸਗੀ ਦੀ ਪਰੋਸਾ ਨੇ ਉਹਨਾਂ ਨੂੰ ਇਹ ਕਿਹਾ ਜਾਏ ਕਿ ਇੰਨੇ ਟਾਈਮ ਦੇ ਅੰਦਰ ਅੰਦਰ ਇੰਨਾ ਕੁਛ ਸੀ ਇੱਕ ਸ਼ਡਿਊਲ ਬਣਾ ਕੇ ਦੇ ਦਿੱਤਾ ਜਾਏ ਉਹਨਾਂ ਨਾਲ ਮੀਟਿੰਗ ਕੀਤੀ ਜਾਏ ਫਿਰ ਉਹ ਚੁੱਕ ਵੀ ਲੈਣਗੇ ਉਹ ਕਿਹੜਾ ਚਾਹੁੰਦੇ ਕਿਹੜਾ ਚਾਹੁੰਦੇ 800 ਟਾ ਮਾਰਨਾ ਚਾਹੁੰਦੇ ਆ ਵੀ ਸਾਨੂੰ ਇੱਕੋ ਦਿਨ ਚ ਹੀ ਕਰਕੇ ਦਿਓ ਜਾਂ ਸਾਨੂੰ ਇੱਕੋ ਹਫ਼ਤੇ ਚ ਕਰਕੇ ਦਿਓ ਤੁਸੀਂ ਹੋਰ ਇੱਕ ਮਹੀਨਾ ਲੈ ਲਓ ਪਰ ਇਹ ਗੱਲ ਨਹੀਂ ਹੋ ਸਕਦੀ ਕਿ ਖੁੱਲਾ ਛੱਡ ਦਿਓ ਵੀ ਮੇਰੇ ਤੇ ਭਰੋਸਾ ਕਰੋ ਮੈਂ ਫਿਰ ਅਜੇ 2 ਸਾਲ ਲਾਉਂਗਾ ਹੋਰ ਫਿਰ ਉਹਦੋਂ ਬਾਅਦ ਸੋਚਾਂਗੇ ਫਿਰ ਉਹਦੋਂ ਬਾਅਦ ਤੂੰ ਕੌਣ ਤੇ ਮੈਂ ਕਹਾਂਗਾ ਦੇਖਦੇ ਆ ਹੁਣ ਮੁੱਖ ਮੰਤਰੀ ਸਾਹਿਬ ਦਾ ਇਸ ਦੌਰਾਨ ਪਹਿਲੀ ਵਾਰੀ ਬਿਆਨ ਆਇਆ ਤੇ ਮੇਰਾ ਖਿਆਲ ਹੈ ਕੁਝ ਨਾ ਕੁਝ ਮਸਲਾ ਤੇ ਹੱਲ ਹੋਏਗਾ ਲੋਕਾਂ ਨੂੰ ਸ਼ਾਇਦ ਬਿਆਨ ਪੜ੍ਹ ਕੇ ਸੁਣ ਕੇ ਆਸ ਵੀ ਵੱਜੇਗੀ ਤੇ ਮੈਂ ਤੇ ਇਹੀ ਕਹਿਣਾ ਹੈ ਤੇ ਜਿੰਦਰਜੀ ਤੇ ਕੌਮੀ ਵਿਸ਼ਵਾਸ ਮੋਰਚ ਜਿਹੜਾ ਕੌਮੀ ਇਨਸਾਫ ਮੋਰਚ ਵਾਲਾ ਉਹਨਾਂ ਨਾਲ ਵੀ ਮੀਟਿੰਗ ਕਰਨੀ ਚਾਹੀਦੀ ਆ ਕੱਲਾ ਇੱਥੇ ਤੱਕ ਸੀਮਤ ਨਹੀਂ ਆ ਕੰਗ ਨੇ ਆ ਕੇ ਕਹਿਤਾ ਕਿ ਦੇਖੋ ਜੀ ਉਹ ਉਹ ਤੇ ਹਮੇਸ਼ਾ ਕੋਈ ਇਹ ਪ੍ਰਿੰਸੀਪਲ ਕਿਸੇ ਨੂੰ ਵੀ ਮੀਟਿੰਗ ਤੋਂ ਨਾ ਨਹੀਂ ਕਰਦੇ ਉਹਦੇ ਠੀਕ ਆ ਫਿਰ ਬੁਲਾ ਲਓ ਨਾ ਉਹਥੇ ਜਾਣ ਲਈ ਦੇ ਇੰਨਾ ਰੌਲਾ ਡਾਂਗ ਸੋਟਾ ਚੱਲਿਆ ਸਿਰ ਪਾਟੇ ਬਾਹਾਂ ਟੁੱਟੀਆਂ ਲੱਤਾਂ ਟੁੱਟੀਆਂ ਤੇ ਤੁਸੀਂ ਉਹਨਾਂ ਨੂੰ ਬੁਲਾ ਕੇ ਗੱਲ ਤੇ ਕਰੋ ਬਿਲਕੁਲ ਦੇਖਦੇ ਹਾਂ ਹੁਣ ਇਸ ਮਾਮਲੇ ਦੇ ਵਿੱਚ ਵੀ ਮੁੱਖ ਮੰਤਰੀ ਸਾਹਿਬ ਗੰਭੀਰਤਾ ਦਿਖਾਉਂਦੇ ਆ ਤੇ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗ ਜਾਏਗਾ ਤੇ ਹੁਣ ਆਪਣਾ ਵੀ ਸਮਾਂ ਸਮਾਪਤੀ ਵੱਲ ਹੈ ਫੇਰ ਦੁਬਾਰਾ ਮੁਲਾਕਾਤ ਹੋਏਗੀ ਧੰਨਵਾਦ